ਮੰਗਰ ਮਾ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬੋ ਮੇਲੜੀਆਂ ਤਨ ਮਨ ਮੌਲੇ ਆਰਾਮ ਸਿਓ ਸੰਗ ਸਾਦ ਸਹਿਲਣੀਆਂ ਸਾਜਨਾ ਤੇ ਬਾਹਰੀ ਸੇ ਰਹਿਨ ਅਕੇ ਲੜੀਆਂ ਤਿੰਨ ਦੁੱਖ ਨ ਕਬ ਹੂੰ ਉਤਰੈ ਸੇ ਜਮ ਕੇ ਵਸ ਪੜੀਆਂ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਨਾ ਜੜੀਆਂ ਨਾਨਕ ਬਾਣਛੈ ਧੂੜ ਤੈਨਾ ਪ੍ਰਭ ਸਰਣੀ ਦਰ ਪੜੀਆਂ ਮੰਗਰ ਪ੍ਰਭ ਆਰਾਧਣਾ ਬਹੜ ਨ ਜਨਮੜੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਗੁਰੂ ਪਿਆਰੀ ਸਾਧ ਸੰਗਤ ਜੀ ਸ਼ਹੀਦਾਂ ਦੇ ਸਿਰ ਤਾਜ ਗੁਰਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਹਿਬ ਮਹਾਰਾਜ ਜੀ ਦੀ ਦਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ 12 ਮਾਹ ਜੋ ਰਾਗ ਮਾਝ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 133 ਤੋਂ ਉੱਪਰ ਆਰੰਭ ਹੁੰਦੀ ਹੈ ਜਿਸ ਪਾਵਨ ਸ਼ਬਦ ਦਾ ਜ ਆਪਾਂ ਪਾਠ ਸ਼੍ਰਵਨ ਕੀਤਾ ਹੈ 12 ਮਾਹ ਬਾਣੀ ਦਾ 10 ਨੰਬਰ ਸ਼ਬਦ ਹੈ 135 ਨੰਬਰ ਅੰਕ ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਈਮਾਨ ਹੈ ਸਤਗੁਰ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੁਆਰਾ ਜਿਹੜੀਆਂ ਜੀਵ ਇਸਤਰੀਆਂ ਉਸ ਮਾਲਕ ਨਾਲ ਸਾਂਝ ਪਾ ਕੇ ਆਪਣਾ ਜੀਵਨ ਗੁਜ਼ਾਰਦੀਆਂ ਨੇ ਉਹਨਾਂ ਦਾ ਜੰਮਣ ਮਰਨਾ ਰੋਜ਼ ਮਰਦੀ ਜ਼ਿੰਦਗੀ ਵਿੱਚ ਜਿਹੜੇ ਉਤਰਾ ਚੜਾ ਆਉਂਦੇ ਨੇ ਉਹਨਾਂ ਵਿੱਚੋਂ ਉਹ ਮੁਕਤ ਹੋ ਜਾਂਦੀਆਂ ਹਨ ਸਾਬ ਨੇ ਬਹੁਤ ਪਿਆਰਾ ਬਚਨ ਇਸ ਪਾਵਨ ਸ਼ਬਦ ਦੁਆਰਾ ਸਾਨੂੰ ਸਮਝਾਇਆ ਹੈ ਸਿੱਖਿਆ ਦਿੱਤੀ ਹੈ ਇਹ ਸ਼ਬਦ ਜਿਹੜਾ ਦੇਸੀ ਮਹੀਨਾ ਮੱਗਰ ਦਾ ਹੈ ਉਸ ਸ਼ਬਦ ਰਾਹੀ ਉਸ ਮਹੀਨੇ ਰਾਹੀ ਜੋ ਮਾਨਵਤਾ ਨੂੰ ਗੁਰਦੇਵ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹ ਬਾ ਕਮਾਲ ਹੈ। ਹਜ਼ੂਰ ਫਰਮਾਉਂਦੇ ਨੇ ਨਾਨਕ ਬਾਣਛੈ ਧੂੜ ਤਿਨ ਨਾਨਕ ਉਹਨਾਂ ਦੀ ਧੂੜ ਮੰਗਦਾ ਹੈ ਧੂੜ ਦਾ ਅਰਥ ਹੁੰਦਾ ਹੈ ਰਸਤਾ ਜਿੱਦ ਦੀ ਜਾਦੇ ਲੋਕ ਲੰਘਦੇ ਨੇ। ਕੱਚੇ ਰਸਤੇ ਆ ਥਾਣੀ ਜਿੱਦ ਦੀ ਜਾਦੇ ਲੋਕ ਲੰਘਣ ਤੇ ਜਾਦੇ ਲੋਕ ਲੰਘਣ ਕਰਕੇ ਉਹ ਰਸਤੇ ਦੀ ਜਿਹੜੀ ਮਿੱਟੀ ਹੈ ਬਹੁਤ ਬਰੀਕ ਬਣ ਜਾਂਦੀ ਹੈ ਇੱਥੇ ਉਸ ਰਸਤੇ ਦੀ ਗੱਲ ਹੋ ਰਹੀ ਹੈ ਜਿਹੜਾ ਰਸਤਾ ਸਚਾਈ ਵਾਲਾ ਹੈ ਪਾਤਸ਼ਾਹ ਦੀ ਇੱਥੇ ਬਖਸ਼ਿਸ਼ ਕਰਦੇ ਨੇ ਜਿਹੜੀਆਂ ਜੀਵ ਇਸਤਰੀਆਂ ਉਸ ਮਾਲਕ ਦੇ ਰਸਤੇ ਤੇ ਤੁਰ ਕੇ ਉਹਦੀ ਚਰਨ ਸ਼ਰਨ ਵਿੱਚ ਪਹੁੰਚ ਗਈਆਂ ਹਨ ਮੈਂ ਵੀ ਉਹਦੇ ਰਸਤੇ ਤੇ ਤੁਰਨ ਦੀ ਮੰਗ ਕਰਦਾ ਹਾਂ ਕਿ ਮੈਂ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਤੁਰ ਕੇ ਉਸ ਪ੍ਰਭੂ ਪ੍ਰਮਾਤਮਾ ਦੀ ਸ਼ਰਨ ਤੱਕ ਪਹੁੰਚ ਸਕਾਂ ਹੁਣ ਇਹਦਾ ਅਰਥ ਕਦਾਚੇ ਤੇ ਨਹੀਂ ਸਮਝ ਲੈਣਾ ਕਿ ਰੱਬ ਕੋਈ ਵੱਖਰਾ ਬੈਠਾ ਹੈ ਇੱਥੇ ਗੁਰਦੇਵ ਜੀ ਗੱਲ ਰਸਤੇ ਦੀ ਕਰ ਰਹੇ ਨੇ ਭਾਵੇਂ ਸਾਡੇ ਅੰਦਰ ਸਮਾਇਆ ਹੋਇਆ ਹੈ ਪਰ ਉਹਦੇ ਤੱਕ ਪਹੁੰਚਣ ਲਈ ਵੀ ਜਿਹੜੀ ਜ਼ਿੰਦਗੀ ਦੇ ਉਤਰਾ ਚੜਾਅ ਨੇ ਜਿਹੜਾ ਰਸਤੇ 'ਚ ਗਾਟੀਆਂ ਹੁੰਦੀਆਂ ਨੇ ਪਹਾੜ ਆਉਂਦੇ ਨੇ ਉਹਦਾ ਜ਼ਿਕਰ ਭਗਤ ਰਵਦਾਸ ਜੀ ਨੇ ਆਪਣੀ ਬਾਣੀ ਚ ਕੀਤਾ ਘਟ ਅਵ ਘਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਭਾਵੇਂ ਉਹ ਪਰਿਪੂਰਨ ਪ੍ਰਮਾਤਮਾ ਮਾਲਕ ਸਰਬਵਿਆਪਕ ਹੈ ਹਰ ਇੱਕ ਦੇ ਅੰਦਰ ਸਮਾਇਆ ਹੋਇਆ ਪਰ ਉਹਦੇ ਤੱਕ ਪਹੁੰਚਣ ਲਈ ਵੀ ਬੜੇ ਉਤਰਾ ਚੜਾ ਨੇ ਕਿਤੇ ਹੰਕਾਰ ਦੇ ਪਹਾੜ ਨੇ ਕਿਤੇ ਲਾਲਚ ਦੇ ਟੋਏ ਨੇ ਜਿਨ੍ਹਾਂ ਵਿੱਚੋਂ ਦੀ ਗੁਜ਼ਰ ਕੇ ਮਨੁੱਖ ਨੇ ਉਸ ਰਸਤੇ ਦਾ ਪਾਂਧੀ ਬਣ ਕੇ ਉਸ ਸੱਚ ਵਿੱਚ ਸਮਾਉਣਾ ਹੈ ਪਾਤਸ਼ਾਹ ਜੀ ਮੰਗ ਕਰਦੇ ਨੇ ਨਾਨਕ ਵਾਂਛੈ ਧੂੜ ਤੈਨ ਮੈਂ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਤੁਰ ਸਕਾਂ ਪ੍ਰਭ ਸ਼ਰਣੀ ਦਰ ਪੜੀਆਂ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਪਈਆਂ ਹੋਈਆਂ ਨੇ ਪ੍ਰਭ ਜਿਹੜੇ ਮਾਲਕ ਨਾਲ ਇਕਮਿਕ ਹੋ ਗਈਆਂ ਨੇ ਜਿਹੜੀਆਂ ਸੱਚ ਵਿੱਚ ਲੀਨ ਹੋ ਗਈਆਂ ਨੇ ਮੰਗਰ ਇੱਥੇ ਮੰਗਰ ਦੇ ਕੱਗੇ ਨੂੰ ਵੀ ਸਿਆਰੀ ਐ ਤੇ ਰਾਲੇ ਨੂੰ ਵੀ ਸਿਆਰੀ ਐ ਪਾਵੰ ਮੰਗਰ ਮਹੀਨੇ ਦੁਆਰਾ ਇਹ ਉਪਦੇਸ਼ ਦੇ ਰਹੇ ਨੇ ਗੁਰੂ ਅਰਜਨ ਸਾਹਿਬ ਪ੍ਰਭ ਆਰਾਧਨਾ हे ਭਾਈ ਜਿਹੜੇ ਪ੍ਰਭੂ ਨੂੰ ਆਰਾਧਦੇ ਨੇ ਭਾਵ ਸੱਚ ਦੇ ਪਾਂਧੀ ਬਣ ਕੇ ਜੀਵਨ ਜਿਉਂਦੇ ਨੇ ਬਹੁੜ ਨਾਂ ਜਨਮੜੀਆਂ ਉਹ ਦੁਬਾਰਾ ਜੰਮਣ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਂਦੇ ਕਿਉਂ ਨਹੀਂ ਪੈਂਦੇ ਕਿਹੜੇ ਜੰਮਣ ਮਰਨ ਦੀ ਗੱਲ ਹੋ ਰਹੀ ਹੈ ਇੱਥੇ ਗੱਲ ਹੋ ਰਹੀ ਹੈ ਸਾਡੇ ਮਨ ਦੀ ਇੱਕ ਦਿਨ ਵਿੱਚ ਹਜ਼ਾਰਾਂ ਵਾਰ ਮਨ ਜੰਮਦਾ ਹੈ ਤੇ ਹਜ਼ਾਰਾਂ ਵਾਰ ਜਿਹੜਾ ਮਨ ਹੈ ਉਹ ਮਰਦਾ ਹੈ ਅਸੀਂ ਬਹੁਤ ਪਿਆਰੇ ਬਚਨ ਸੋਦਰ ਦੀ ਬਾਣੀ ਵਿੱਚ ਪੜਦੇ ਆਖਾਂ ਜੀਵਾ ਵਿਸਰੈ ਮਰ ਜਾਉ ਜਦੋਂ ਮੈਂ ਆਖਦਾ ਹਾਂ ਜਦੋਂ ਮੈਂ ਰੱਬੀ ਗੁਣਾ ਮੁਤਾਬਕ ਜੀਵਨ ਜਿਉਂਦਾ ਹਾਂ ਤੇ ਉਦੋਂ ਮੈਂ ਆਪਣੇ ਆਪ ਨੂੰ ਆਤਮਿਕ ਤੌਰ ਤੇ ਜਿਉਂਦਾ ਹੋਇਆ ਸਮਝਦਾ ਹਾਂ ਆਖਾਂ ਜੀਵਾਂ ਜਦੋਂ ਮੈਂ ਆਖਦਾ ਹਾਂ ਪਾਵ ਰੱਬੀ ਗੁਣਾ ਮੁਤਾਬਕ ਜ਼ਿੰਦਗੀ ਬਤੀਤ ਕਰਦਾ ਹਾਂ ਉਦੋਂ ਮੇਰੀ ਗਿਣਤੀ ਜਿਉਂਦਿਆਂ ਚੋਂਦੀ ਹੈ ਵਿਸਰੈ ਮਰ ਜਾऊं ਹੁਣ ਜਦੋਂ ਪ੍ਰਭੂ ਨੂੰ ਆਰਾਧਨਾ ਹੈ ਹਮੇਸ਼ਾ ਆਖਦੇ ਰਹਿਣਾ ਹੈ ਉਹਦੇ ਅਨੁਸਾਰ ਤੁਰਨਾ ਹੈ ਤੇ ਮੌਤ ਫਿਰ ਹੋਣੀ ਨਹੀਂ ਜਦੋਂ ਮੌਤ ਹੀ ਨਹੀਂ ਹੋਣੀ ਤੇ ਫਿਰ ਜਨਮ ਕਿੱਦਾਂ ਹੋਏਗਾ ਪਾਵ ਜਦੋਂ ਜੋੜੀ ਸੱਚ ਨਾਲ ਗਏ ਹੁਣ ਵੇਖੋ ਸ਼ਬਦ ਕਿੱਡਾ ਪਿਆਰਾ ਵਰਤੇ ਆੱਖਾਂ ਜੀਵਾਂ ਜਿਵੇਂ ਆਖਦਾ ਹਾਂ ਤੇ ਆਪਣੇ ਆਪ ਨੂੰ ਆਤਮਿਕ ਤੌਰ ਤੇ ਜਿਉਂਦਾ ਸਮਝਦਾ ਹਾਂ ਵਿਸਰੈ ਮਰ ਜਾਵਾਂ ਜਦੋਂ ਵਿਸਰਨਾ ਹੀ ਨਹੀਂ ਤੇ ਫਿਰ ਮੌਤ ਕਿੱਥੋਂ ਆਏਗੀ ਜਦੋਂ ਮੌਤ ਨਹੀਂ ਆਏਗੀ ਤੇ ਫਿਰ ਜੰਮਣ ਮਰਨ ਵਾਲੀ ਕਿਰਿਆ ਆਪਣੇ ਆਪ ਮੁੱਕ ਗਈ ਤੋ ਪਾਤਸ਼ਾਹ ਉਸ ਤੇ ਕਹਿੰਦੇ ਨੇ ਮੰਗਰ ਪ੍ਰਭ ਅਰਾਧਨਾ ਮਗਰ ਮਹੀਨੇ ਦੁਆਰਾ ਇਹ ਉਪਦੇਸ਼ ਦੇ ਰਹੇ ਨੇ ਜਿਹੜੇ ਪ੍ਰਭੂ ਨੂੰ ਅਰਾਧਦੇ ਨੇ ਬੌੜ ਨਾ ਜਨਮੜਿਆ ਉਹਨਾਂ ਨੂੰ ਦੁਬਾਰਾ ਜੰਮਣ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਣਾ ਪੈਂਦਾ ਜਦੋਂ ਅਸੀਂ ਭਗਤ ਕਬੀਰ ਜੀ ਦੀ ਬਾਣੀ ਪੜ੍ਹਦੇ ਆ ਭਗਤ ਕਬੀਰ ਜੀ ਬਹੁਤ ਪਿਆਰਾ ਬਚਨ ਕਹਿੰਦੇ ਨੇ ਵੇਖੋ ਮੰਨ ਦਾ ਜੰਮਣ ਮਰਨਾ ਕਿਦਾਂ ਦਾ ਹੈ ਕਦੀ ਇਹ ਤਨ ਵੇਖ ਕੇ ਮਰਦਾ ਹੈ ਕਿਸੇ ਦਾ ਭਾਵੇਂ ਔਰਤੇ ਤੇ ਭਾਵੇਂ ਮਰਦ ਹੈ ਕਿਸ ਦੀ ਬਾਡੀ ਵੇਖ ਕੇ ਸਕਿਨ ਵੇਖ ਕੇ ਬਾਹਰ ਦਾ ਰੂਪ ਵੇਖ ਕੇ ਵੇਖਣ ਨੂੰ ਬਾਹਰੋਂ ਨਹੀਂ ਲੱਗਦਾ ਪਰ ਅੰਦਰ ਮੌਤ ਹੋ ਰਹੀ ਹੁੰਦੀ ਹੈ ਜਿਹਨੂੰ ਹੌਕਾ ਨਿਕਲਣਾ ਕਹਿੰਦੇ ਨੇ ਉਥੇ ਸ਼ਬਦ ਵਰਤੇ ਹੈ ਪਾਰ ਤਨ ਪਾਰ ਤਨ ਕੋਈ ਕਿਸਦਾ ਧਨ ਵੇਖ ਕੇ ਜਾਇਦਾਦ ਵੇਖ ਕੇ ਮਰਦਾ ਹਾਏ ਇਹਨਾਂ ਕੋਲ ਇੰਨੀ ਜਾਇਦਾਦ ਕਿੱਦਾਂ ਹੌਕਾ ਨਿਕਲ ਜਾਣਾ ਇਹ ਜਾਇਦਾਦ ਮੇਰੇ ਕੋਲ ਕਿਉਂ ਨਹੀਂ ਇਹਦੇ ਕੋਲ ਕਿਉਂ ਹੈ ਪਰ ਤਨ ਇਹ ਤਨ ਇਹਦੇ ਕੋਲ ਕਿਉਂ ਹੈ ਮੇਰੇ ਕੋਲ ਕਿਉਂ ਨਹੀਂ ਤਨ ਪਿੱਛੇ ਵੀ ਲੜਾਈਆਂ ਕਿੰਨੀਆਂ ਲੜਾਈਆਂ ਵੈਸੇ ਜੇ ਆਪਾਂ ਲੜਾਈਆਂ ਦਾ ਮੋੜ ਵੇਖੀਏ ਯਾਰ ਜ਼ੋਰੂ ਤੇ ਜ਼ਮੀਨ ਇਹਨਾਂ ਪਿੱਛੇ ਜਿੰਨੀ ਕਤਲੋਗਾਰਤ ਹੋਈ ਹੈ ਹੋਰ ਹੀ ਅੱਜ ਵੀ ਹੋ ਰਹੀ ਹੈ ਜ਼ਮੀਨਾਂ ਪਿੱਛੇ ਆਏ ਦਿਨ ਭਰਾ ਭਰਾ ਦੇ ਘਾਟੇ ਲਾ ਰਹੇ ਨੇ ਤੇ ਤਨ ਬਦਲੇ ਔਰਤ ਬਦਲੇ ਕਿੰਨੇ ਨੁਕਸਾਨ ਹੋ ਗਏ ਕਿਤੇ ਔਰਤ ਦੀ ਸਹਿਮਤੀ ਹੁੰਦੀ ਹੈ ਕਿਤੇ ਸਹਿਮਤੀ ਨਹੀਂ ਹੁੰਦੀ ਤੇ ਤਾਂ ਵੀ ਨੁਕਸਾਨ ਹੋ ਜਾਂਦੇ ਨੇ ਜਿੱਥੇ ਲੜਕਾ ਚਾਹੁੰਦਾ ਹੈ ਮੈਂ ਇਸ ਲੜਕੀ ਨਾਲ ਵਿਆਹ ਕਰਾਉਣਾ ਹੈ ਲੜਕੀ ਨਹੀਂ ਮੰਨਦੀ ਪਰਿਵਾਰ ਨਹੀਂ ਮੰਨਦਾ ਤਜਾਬ ਕਿੰਨਿਆਂ ਤੇ ਪਏ ਕਿੰਨੀਆਂ ਘਟਨਾਵਾਂ ਇਹ ਦਿਨ ਆਪਾਂ ਵੇਖਦੇ ਕਿਤੇ ਜਾਇਦਾਦ ਪਿਛੇ ਲੜਾਈਆਂ ਹੋ ਰਹੀਆਂ ਨੇ ਪੈਸੇ ਪਿਛਲੇ ਲੜਾਈਆਂ ਹੋ ਰਹੀਆਂ ਨੇ ਬੈਂਕ ਚੋਂ ਬੰਦਾ ਪੈਸੇ ਕਢਾ ਕੇ ਨਿਕਲਦਾ ਹੈ ਘਰ ਤੱਕ ਨਹੀਂ ਪਹੁੰਚਦਾ ਰਸਤੇ 'ਚ ਹੀ ਪੈਸੇ ਵੀ ਉਹਦੇ ਜਾਂਦੇ ਨੇ ਉਹਦੀ ਜਾਨ ਵੀ ਚਲੀ ਜਾਂਦੀ ਹੈ ਭਗਤ ਕਬੀਰ ਜੀ ਕਹਿੰਦੇ ਨੇ ਪਾਰ ਤਨ ਆਹ ਹੈ ਜੰਮਣ ਮਰਨਾ ਪਾਰ ਤਨ ਪਾਰ ਤਨ ਪਰਾਇਆ ਤਨ ਤੇ ਪਰਾਇਆ ਤਨ ਹੁਣ ਆਪਣਾ ਤਨ ਥੋੜਾ ਆਪਣੇ ਤਨ ਪਿੱਛੇ ਕਾਦਾ ਔਕਾ ਨਿਕਲਣਾ ਜਿੰਨਾ ਹੈਗਾ ਉਹਨੂੰ ਪਤਾ ਮੇਰਾ ਹੈ ਕੋਈ ਕਿਸਦਾ ਪਰਾਇਆ ਤਨ ਵੇਖ ਕੇ ਮਰ ਰਿਹਾ ਹੈ ਕੋਈ ਵਿਅਕਤੀ ਤਨ ਵੇਖ ਕੇ ਮਰਦਾ ਹੈ ਪਰਤੀ ਨਿੰਦਾ ਕਿਸੇ ਦੇ ਉੱਤੇ ਕੋਲੋਂ ਗੱਲਾਂ ਬਣਾ ਬਣਾ ਕੇ ਉਹਨੂੰ ਬਦਨਾਮ ਕਰਨਾ ਇਲਜ਼ਾਮ ਲਾਉਣਾ ਪਰਤਨ ਪਰਤਨ ਪਰਤਿ ਨਿੰਦਾ ਪਰ अपवाद ਨਾਲ ਛੂਟ ਹੈ ਪਰ अपवाद ਦਾ ਅਰਥ ਹੈ ਵਿਰੋਧ ਝਗੜਾ ਤੇ ਝਗੜੇ ਪੈਦਾ ਹੀ ਇੱਥੋਂ ਹੁੰਦੇ ਨੇ ਆਵਾ ਗਵਣ ਹੋਤ ਹੈ ਫੁਨ ਫੁਨ ਇਹ ਹੈ ਆਵਾ ਗਵਣ ਜਨਮੜੀਆਂ ਫਿਰ ਉਹ ਇਸ ਜਨਮ ਚ ਪੈਦੇ ਹੀ ਨਹੀਂ ਕਿਉਂਕਿ ਜਦੋਂ ਮ੍ਰਿਤੂ ਹੀ ਨਹੀਂ ਹੋਣੀ ਤੇ ਜਨਮ ਕਿੱਥੋਂ ਹੋਏਗਾ ਫਿਰ ਉਹ ਜੰਮਣ ਮਰਨ ਵਿੱਚੋਂ ਬਾਹਰ ਨਿਕਲ ਗਿਆ ਆਖਾਂ ਜੀਵਾਂ ਵਿਸਰੈ ਮਰ ਜਾਉ ਆਖ ਨੇ ਓਖਾ ਸੱਚਾ ਨਾ ਪਾਸ਼ਾ ਇਥੇ ਕਹਿੰਦੇ ਨੇ ਮੰਗਰ ਪ੍ਰਭ ਆਰਾਧਣਾ ਜਿਹੜੇ ਪ੍ਰਭੂ ਨੂੰ ਆਰਾਧਦੇ ਨੇ ਪਾਵ ਰੱਬੀ ਗੁਣਾ ਮੁਤਾਬਕ ਜੀਵਨ ਜਿਉਂਦੇ ਨੇ ਬੌੜ ਨਾ ਜਨਮੜੀਆਂ ਪਰਤਨ ਪਰਤਨ ਪਰਤੀ ਨਿੰਦਾ ਪਰ अपवाद ਨਾਲ ਛੁੱਟ ਹੈ ਆਵਾ ਗਵਨ ਹੋਤ ਹੈ ਫੁਨ ਫੁਨ ਵੇਖੋ ਕਿੱਡਾ ਪਿਆਰਾ ਸ਼ਬਦ ਹੈ ਆਵਾ ਗਵਨ ਹੁੰਦਾ ਪਰ ਹੁੰਦਾ ਫੁਨ ਫੁਨ ਸੈਕਿੰਡ ਸੈਕਿੰਡ ਚ ਮੌਤ ਹੋ ਰਹੀ ਹੈ ਅਜੇ ਤਨ ਵੇਖ ਕੇ ਮਰਿਆ ਮੁੜ ਕੇ ਧੰਨ ਵੇਖ ਕੇ ਮਰ ਗਿਆ ਮੁੜ ਕੇ ਆਪਣੇ ਕੋਲੋਂ ਗੱਲਾਂ ਬਣਾ ਕੇ ਦੂਜੇ ਨੂੰ ਬਦਨਾਮ ਕੀਤਾ ਝਗੜਿਆਂ 'ਚ ਪੈ ਗਿਆ ਇਹ ਪ੍ਰਸੰਗ ਲੜੀਏ ਨੂੰ ਕਹਿੰਦੇ ਇਹ ਲੜੀ ਇਹ ਪ੍ਰਸੰਗ ਨਾ ਟੁੱਟੈ ਟੁੱਟਦਾ ਹੀ ਨਹੀਂ ਕਿਉਂ ਨਹੀਂ ਟੁੱਟਦਾ ਕਿਉਂਕਿ ਜੇਕਰ ਕਥਾ ਹੋ ਤਾਂ ਹਰ ਸੰਤਨ ਜਿੱਥੇ ਕਥਾ ਹੁੰਦੀ ਕਥਾ ਮੀਨਿੰਗ ਜਿੱਥੇ ਰੱਬ ਦੀ ਗੱਲ ਹੁੰਦੀ ਹੈ ਜਿੱਥੇ ਪ੍ਰਭੂ ਨੂੰ ਆਰਾਧਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਸਿੱਖਿਆ ਦਿੱਤੀ ਜਾਂਦੀ ਹੈ ਕਿੱਦਾਂ ਅਸੀਂ ਇਸ ਕਿਰਿਆ 'ਚੋਂ ਬਾਹਰ ਨਿਕਲਣਾ ਉੱਥੇ ਜਾਣ ਨੂੰ ਦਿਲ ਨਹੀਂ ਕਰਦਾ ਜੇਕਰ ਕਥਾ ਹੋ ਤਾਂ ਹਰ ਸੰਤਨ ਜਿੱਥੇ ਵਿਚਾਰ ਹੁੰਦੀ ਐ ਜਿੱਥੇ ਵੇਖੋ ਕਥਾ ਕੀ ਸਮਝ ਲੈਣਾ ਤੁਸੀਂ ਕੀ ਸਮਝਦੇ ਹੋ ਕੇਵਲ ਜਿੱਥੇ ਰੱਬੀ ਗੱਲਾਂ ਹੁੰਦੀਆਂ ਉਹ ਹੀ ਕਥਾ ਕਥਾ ਤੇ ਕਈ ਕਿਸਮ ਦੀ ਚੱਲਦੀ ਹੁਣ ਜਿਹੜਾ ਬੰਦਾ ਲੀਡਰ ਐ ਰਾਜਨੀਤਿਕ ਬੰਦਾ ਐ ਇਲੈਕਸ਼ਨਾਂ ਦੇ ਦਿਨਾਂ ਵਿੱਚ ਜਦੋਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਰੈਲੀਆਂ ਕਰਦਾ ਭਜਨਸ ਕਰਦਾ ਉਹਦੇ ਦਿਮਾਗ ਵਿੱਚ ਕਿਹੜੀ ਕਥਾ ਚੱਲਦੀ ਭਲਾ ਉਹਦੇ ਦਿਮਾਗ ਵਿੱਚ ਚੱਲਦੀ ਐ ਕੁਰਸੀ ਦੀ ਕਥਾ ਸਤਾ ਦੀ ਕਥਾ ਉਹ ਰਾਤ ਨੂੰ ਸੌਂਦਾ ਐ ਆਪਣੀ ਕੁਰਸੀ ਦਾ ਸੁਪਨਾ ਲੈ ਕੇ ਲਾਲ ਬੱਤੀ ਵਾਲੀ ਗੱਡੀ ਦਾ ਸੁਪਨਾ ਲੈ ਕੇ ਕਥਾ ਤੇ ਕਈ ਕਿਸਮ ਦੀ ਹੈ ਜਦੋਂ ਗੁਰੂ ਅਮਰਦਾਸ ਮਹਾਰਾਜ ਮਹਾਰਾਜ ਕਹਿੰਦੇ ਨੇ ਕਿ ਹੇ ਮਨਾ ਮਨ ਰੇ ਠਿਰ ਰੋ ਮਤ ਕਤ ਜਾਹੀਂ ਜਿਓ ਮਨ ਨੂੰ ਕਿਉਂ ਆਖਿਆ ਟਿਕ ਜਾ ਉੱਥੇ ਸ਼ਬਦ ਵਰਤਿਆ ਨਾ ਕਾਂਸ਼ੀ ਮਤ ਉਪਜੈ ਨਾ ਕਾਂਸ਼ੀ ਮਤ ਜਾਏ ਸਤਗੁਰ ਮਿਲੈ ਮਤ ਉਪਜੈ ਤਾਂ ਇਹ ਸੋਜੀ ਪਾਏ ਹਾਰ ਕਥਾ ਕਥਾ ਹਰੀ ਦੀ ਰੱਬ ਦੀ ਕਥਾ ਪਾਵ ਕਥਾ ਮੈਨੂੰ ਕਥਣਾ ਵਿਚਾਰ ਕਰਨੀ ਤੇ ਜਿਹੜਾ ਬੰਦਾ ਜਦੋਂ ਆਪਾ ਆਪਣੇ ਬੱਚੇ ਪੁੱਤਰ ਮੰਨ ਲਓ ਹੁਣ ਪੁੱਤਰ ਦਾ ਆਨੰਦ ਕਰਜੇ ਉਹਨਾਂ ਨੇ ਘਰ ਚ ਪ੍ਰਚਾਰਕ ਬੁਲਾਇਆ ਰਾਗੀ ਬੁਲਾਇਆ ਉਹ ਕਥਾ ਕਰ ਰਿਹਾ ਸਗਨ ਲਾਉਣ ਵਾਲੇ ਆ ਰਹੇ ਨੇ ਹੁਣ ਉਹ ਵਿਚਾਰਾ ਸੋਚ ਰਿਹਾ ਵੀ ਇਹ ਕਥਾ ਮੇਰੇ ਕੋਲੋਂ ਸੁਣ ਰਹੇ ਨੇ ਤੇ ਲੜਕੇ ਦੀ ਮਾਂ ਦੇ ਅੰਦਰ ਲੜਕੇ ਦੇ ਅੰਦਰ ਲੜਕੇ ਦੇ ਪਿਤਾ ਅੰਦਰ ਕਿਹੜੀ ਕਥਾ ਚੱਲ ਰਹੀ ਭਲਾ ਕਿ ਜਿਹੜਾ ਅਸੀਂ ਮੋਟਰਸਾਈਕਲ ਮੰਗਿਆ ਦਾਜ ਚ ਉਹ ਹੀ ਲੈ ਕੇ ਆਉਣ ਸਗਨ ਚ ਇਹ ਨਾ ਉਹ ਸਾਡਾ ਨਾਕੀ ਵਢਾ ਦੇਣ ਵਿਚੋਲਾ ਪਚੋਲੇ ਨੂੰ ਪੁੱਛੀ ਵੀ ਜਾਣਾ ਦੱਸ ਦਿੱਤਾ ਸੀ ਨਾ ਵੀ ਪਾਪਾ ਜੀ ਨੂੰ ਵੀ ਮੁੰਦਰੀ ਪਾਉਣ ਦੱਸ ਦਿੱਤਾ ਸੀ ਨਾ ਵੀ ਕੱਲ ਨੂੰ ਮਾਮਾ ਜੀ ਨੂੰ ਵੀ ਛਾਪ ਪਾਇਓ ਮੁੰਦਰੀ ਪਾਇਓ ਐਦਾਂ ਮਿਲਣੀਆਂ ਤੇ ਆਹ ਇੰਨੇ ਬੰਦਿਆਂ ਦੀਆਂ ਮਿਲਣੀਆਂ ਤਾਈ ਦੀ ਮਿਲਣੀ ਹੋਣੀ ਚਾਹੀਦੀ ਏ ਮਾਮਾ ਜੀ ਦੀ ਹੁਣ ਸਾਰੇ ਪਰਿਵਾਰ ਦੇ ਦਿਮਾਗ ਵਿੱਚ ਕਿਹੜੀ ਕਥਾ ਚੱਲੀ ਜਾਂਦੀ ਆ ਵਕਾਰੀ ਦੇ ਦਿਮਾਗ ਵਿੱਚ ਕਿਹੜੀ ਕਥਾ ਚੱਲਦੀ ਆ ਨਿਸ਼ੇੜੀ ਜਵਾਰੀਏ ਦੇ ਦਿਮਾਗ 'ਚ ਕਿਹੜੀ ਕਥਾ ਚੱਲਦੀ ਏ ਮਾਫ ਕਰਨਾ ਇਹ ਕਥਾ ਬੰਦ ਹੋਏਗੀ ਤੇ ਰੱਬ ਜੀ ਸੱਚ ਵੈਗਰੂ ਜੀ ਤੁਹਾਡੀ ਕਥਾ ਦਿਮਾਗ 'ਚ ਚੱਲੂ ਕਥਾ ਤੇ ਦਿਮਾਗ 'ਚ ਹੋਰ ਚੱਲੀ ਜਾਂਦੀ ਏ ਇੱਥੇ ਸ਼ਬਦ ਵਰਤੇ ਆ ਜੇਕਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਕੀਨੋ ਮੈਂ ਫੇਰਾ ਉਥੇ ਤੇ ਨਿਮਕ ਮਾਥਰ ਵੀ ਜਾਣ ਨੂੰ ਜੀ ਨਹੀਂ ਕਰਦਾ ਜੰਮਣ ਮਰਨ ਦੀ ਕਿਰਿਆ ਕਿੱਥੋਂ ਮੁਕਣੀ ਏ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਬਸੇਰਾ ਤੇ ਉਹਨਾਂ ਪੰਜਾਂ ਵਿਕਾਰਾਂ ਦੇ ਨਾਲ ਹੈ ਜਿਹੜੇ ਇਹਨੂੰ ਇੱਕ ਥਾਂ ਤੇ ਟਿਕਣ ਨਹੀਂ ਦਿੰਦੇ ਤੋਂ ਪਾਸ਼ ਹੈ ਟਿਕਨੇ ਨੇ ਮੰਗਰ ਪ੍ਰਭ ਆਰਾਧਨਾ ਮਗਰ ਮਹੀਨੇ ਦੁਆਰਾ ਉਪਦੇਸ਼ ਦੇ ਰਹੇ ਨੇ ਪ੍ਰਭੂ ਨੂੰ ਆਰਾਧ ਪਵਰ ਰੱਬੀ ਗੁਣਾ ਮੁਤਾਬਕ ਜੀਵਨ ਬਤੀਤ ਕਰ ਬੌਰ ਨਾ ਜਨਮੜੀਆਂ ਤੇਰਾ ਮੁੜ ਕੇ ਜਨਮ ਨਹੀਂ ਹੋਏਗਾ ਪਾਵ ਤੂੰ ਜੰਮਣ ਮਰਨ ਦੀ ਕਿਰਿਆ ਚੋਂ ਬਾਹਰ ਨਿਕਲ ਜਾਏਗਾ ਇੱਕ ਥਾਂ ਤੇ ਟਿਕ ਜਾਏਗਾ। ਤੋਂ ਸਹਿਬ ਸਮਝਾਉਂਦੇ ਨੇ ਮੰਗਰ ਮਹ ਮੰਗਰ ਮਹੀਨੇ ਦੁਆਰਾ ਇਹ ਸਿੱਖਿਆ ਦੇ ਰਹੇ ਨੇ ਸੋਹੰਦੀਆਂ ਉਹ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਨੇ ਕਿਹੜੀਆਂ ਜਿਹੜੀਆਂ ਆਪਾਂ ਪਿਛੇ ਪੜ ਆਏ ਆ ਪ੍ਰਭ ਅਰਾਧਨਾ ਉਹ ਸੋਹਣੀਆਂ ਲੱਗਦੀਆਂ ਨੇ। ਉਹਨਾਂ ਦਾ ਮਨ ਖੂਬ ਸੂਰਤ ਬਣ ਜਾਂਦਾ ਹੈ। ਹਰ ਪ੍ਰੇਰ ਸੰਗ ਬੈਠੜੀਆਂ ਜਿਹੜੀਆਂ ਹਰ ਪੇਰ ਖਸਮ ਨਾਲ ਬੈਠੀਆਂ ਹੋਈਆਂ ਨੇ ਸੱਚ ਨਾਲ ਜੁੜੀਆਂ ਹੋਈਆਂ ਨੇ ਉਹ ਸੋਹਣੀਆਂ ਲੱਗਦੀਆਂ ਨੇ ਤਾਂ ਹੀ ਆਖਿਆ ਸੀ ਸਹੀ ਸੁੰਦਰ ਸੋਹਣੇ ਸਾਥ ਸੰਗ ਜਿਨ ਬਹਿਣੇ ਮਾਫ ਕਰ ਲੈਣਾ ਜੇ ਤਨ ਜਿੰਨਾ ਮਰਜ਼ੀ ਖੂਬਸੂਰਤ ਹੋਵੇ ਜੇ ਮਨ ਦੀ ਸੁੰਦਰਤਾ ਕੋਲ ਨਹੀਂ ਹੈਗੀ ਤੇ ਤਨ ਦੀ ਸੁੰਦਰਤਾ ਜਿਆਦੀ ਧੀਰ ਨਾਲ ਨਹੀਂ ਨਿਭਦੀ ਤੇ ਤੰਦ ਤਨ ਦੀ ਸੁੰਦਰਤਾ ਨਾਲ ਰਿਸ਼ਤੇਦਾਰੀਆਂ ਵੀ ਨਹੀਂ ਨਿਭਦੀਆਂ ਪਾਵੇਂ ਠੀਕ ਐ ਜੀ ਜਦੋਂ ਧੀ ਪੁੱਤਰ ਦਾ ਰਿਸ਼ਤਾ ਕਰਦੇ ਆ ਇੱਕ ਵਾਰ ਸਾਡਾ ਬਿਲਕੁਲ ਧਿਆਨ ਪੈਂਦਾ ਬਾਹਰਲੀ ਸੁੰਦਰਤਾ ਦੇ ਲੜਕੀ ਸੋਹਣੀ ਹੋਵੇ ਉਹਦੀ ਹਾਈਟ ਉੱਚੀ ਹੋਵੇ ਉਹਦਾ ਰੰਗ ਵਧੀਆ ਹੋਵੇ ਉਹਦੇ ਨੈਣ ਨਕਸ਼ ਵਧੀਆ ਹੋਣ ਲੜਕੇ ਦੀ ਹਾਈਟ ਕਮਾਲ ਦੀ ਹੋਵੇ ਉਹਦਾ ਰੰਗ ਬੜਾ ਚਿੱਟਾ ਹੋਵੇ ਨੈਣ ਨਕਸ਼ ਵਧੀਆ ਜੇ ਗੁਣਨਾ ਹੋਏ ਤੇ ਫਿਰ ਸੁੰਦਰਤਾ ਤੇ ਗੁਣਾ ਨਾਲ ਹੋਣੀ ਹੈ ਮੰਨ ਲਓ ਜੇ ਰੰਗ ਸਾਵਲਾ ਵੀ ਹੋਵੇ ਜੇ ਲੜਕੇ 'ਚ ਗੁਣ ਹੋਣ ਤਾਂ ਸਫਲ ਇਨਸਾਨ ਹੈ ਜਿਉਟ ਗੋਣੀ ਨਹੀਂ ਹੈਗੇ ਮੰਨ ਲਓ ਸੁੰਦਰਤਾ ਨੂੰ ਕੀ ਕਰੋਗੇ ਤੁਸੀਂ ਬਾਹਰ ਲਈ ਨੂੰ ਬਾਹਰਲੀ ਸੁੰਦਰਤਾ ਜੇ ਮੰਨਦੀ ਸੁੰਦਰਤਾ ਨਹੀਂ ਸੈਂਕੜੇ ਲੋਕਾਂ ਦੇ ਡਿਵੋਰਸ ਹੋਏ ਨੇ ਇਹਨਾਂ ਗੱਲਾਂ ਕਰਕੇ ਉਹ ਕਹਿੰਦੇ ਜੋ ਵੇਖਿਆ ਸੀ ਉਹ ਤੇ ਨਿਕਲਿਆ ਹੀ ਨਹੀਂ ਜਿਹੜਾ ਜਿਹੜਾ ਆ ਰੂਪ ਤੇ ਮੈਂ ਪਹਿਲੀ ਵਾਰੀ ਵੇਖਿਆ ਜਿਹੜਾ ਅੱਜ ਪਤਾ ਲੱਗਾ ਮੈਨੂੰ ਉਹ ਕਿਹੜਾ ਰੂਪ ਹੈ ਉਹ ਰੂਪ ਹੈ ਮਨ ਦਾ ਉਹ ਰੂਪ ਹੈ ਵਿਹਾਰ ਦਾ ਤੋਂ ਪਾਸ਼ਕ ਨੇ ਮੰਗਰ ਮਾ ਮਗਰਮੀ ਨੇ ਦੁਆਰਾ ਇਹ ਸਿੱਖਿਆ ਦੇ ਰਹੇ ਨੇ ਸੋਹੰਦੀਆਂ ਉਹ ਸੋਹਣੀਆਂ ਲੱਗਦੀਆਂ ਨੇ ਜੀਵ ਇਸਤਰੀਆਂ ਹੁਣੇ ਵੇਖੋ ਇਥੇ ਇਹ ਉਪਦੇਸ਼ ਨਰ ਮਰਦਾ ਦੋਹਾਂ ਦੋਨਾਂ ਲਈ ਹੈ ਭਾਵੇਂ ਔਰਤਾ ਭਾਵੇਂ ਮਰਦਾ ਪਰ ਇਥੇ ਸਾਰੇ ਸ਼ਬਦ ਜੀਵ ਇਸਤਿੱਤ ਦੇ ਰੂਪ ਚ ਵਰਤੇ ਨੇ ਸੋਹੰਦੀਆਂ ਮਰਦ ਨੂੰ ਵੀ ਸਿੱਖਿਆ ਦੇ ਰਹੇ ਨੇ ਕਿਉਂਕਿ ਇਸ ਜਗ੍ਹਾ ਮੇ ਪੁਰਖ ਹੈ ਘ ਹੈ ਹੁਰਸਗਲੀ ਨਾਰ ਸੁਬਾਈ ਸੋਹੰਦੀਆਂ ਹਰ ਪੇਰ ਸੰਗ ਬੈਠਣੀਆਂ ਹਰ ਪੇਰ ਕੌਣ ਹੈ ਸੱਚ ਜਾਨੀ ਕਿ ਜਿਹੜੀਆਂ ਸੱਚ ਨਾਲ ਜੁੜ ਕੇ ਜੀਵਨ ਜਿਉਂਦੀਆਂ ਨੇ ਉਹ ਸੋਹਣੀਆਂ ਲੱਗਦੀਆਂ ਨੇ ਫਿਰ ਅਗੇ ਕਹਿੰਦੇ ਤੈਨ ਕੀ ਸ਼ੋਭਾ ਕਿਆ ਗਣੀ ਫਿਰ ਇਹੋ ਜੇ ਜੀਵ ਇਸਤਰੀਆਂ ਦੀ ਕੋਈ ਸ਼ੋਭਾ ਬਿਆਨ ਕਰ ਸਕਦਾ ਵੀ ਦੱਸਣ ਦੀ ਕੋਸ਼ਿਸ਼ ਕਰੇ ਕਿ ਮੈਂ ਬਿਆਨ ਕਰਨਾ ਕਹਿੰਦੇ ਨਾ ਨਾ ਮੰਨੇ ਕੀ ਗੱਤ ਕਹੀ ਨਾ ਜਾਏ ਫਿਰ ਇਹੋ ਜੀ ਜੀਵ ਇਸਤਰੀਆਂ ਦੀ ਜਿਹੜੀਆਂ ਖਸਮ ਦੇ ਨਾਲ ਜੁੜ ਕੇ ਸੋਹਣੀਆਂ ਬਣ ਗਈ बनਗੀਆਂ ਉਹਨਾਂ ਦੀ ਸ਼ੋਭਾ ਤੁਸੀਂ ਲਫ਼ਜ਼ਾਂ ਨਾਲ ਕਿਦਾਂ ਬਿਆਨ ਕਰ ਲੋਗੇ ਤਨ ਕੀ ਸ਼ੋਭਾ ਕਿਆ ਗਣੀ ਪਾਸ਼ਾ ਜੀ ਕਹਿੰਦੇ ਨੇ ਉਹਨਾਂ ਦੀ ਸ਼ੋਭਾ ਤੁਸੀਂ ਲਫ਼ਜ਼ਾਂ ਨਾਲ ਕਿਦਾਂ ਬਿਆਨ ਕਰ ਲੋਗੇ ਤਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਜਿਹੜੀਆਂ ਸਾਹਿਬ ਨਾਲ ਮਿਲ ਗਈਆਂ ਜਿਹੜੀਆਂ ਖਸਮ ਨਾਲ ਸਾਂਝ ਪਾਉਂਦੀਆਂ ਨੇ ਉਹਨਾਂ ਦੀ ਸ਼ੋਭਾ ਕਿਦਾਂ ਕੋ ਲਫ਼ਜ਼ਾਂ ਨਾਲ ਬਿਆਨ ਕਰ ਦੋ ਉੱਥੇ ਤੇ ਫਿਰ ਲਿਖ ਦਿੱਤਾ ਮੰਨੇ ਕੀ ਗੱਤ ਕਹੀ ਨਾ ਜਾਏ ਜਿਨ੍ਹਾਂ ਨੇ ਮੰਨ ਲਈ ਉਹਨਾਂ ਦੀ ਗੱਤ ਉਹ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਕੋ ਕਹੇ ਪਿੱਛੇ ਪੁਛਤਾਏ ਤੇ ਜੇ ਕੋ ਲਵਜਾਂ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕਰੇ ਉਹਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਵੀ ਜਿੰਨੀ ਗੱਲ ਮੰਨੀ ਸੀ ਮੈਂ ਉਨੀ ਬਿਆਨ ਨਹੀਂ ਕਰ ਸਕਿਆ ਸ੍ਰੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 15 ਨੰਬਰ ਅੰਕ ਤੇ ਗੁਰੂ ਨਾਨਕ ਸਾਹਿਬ ਦਾ ਬਹੁਤ ਪਿਆਰਾ ਵਾਕ ਹੈ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਉਹੋ ਹੀ ਅਕਲ ਵਾਲ ਤਿੰਨ ਮਤ ਮਤ ਮੈਨੂੰ ਉਹੋ ਹੀ ਅਕਲ ਵਾਲੇ ਨੇ ਤਿੰਨ ਪਤ ਉਹੋ ਹੀ ਇੱਜ਼ਤ ਵਾਲੇ ਨੇ ਤਿੰਨ ਧਨ ਪੱਲੇ ਉਹੋ ਹੀ ਧਨ ਵਾਲੇ ਨੇ ਜਿਨ੍ਹਾਂ ਕੋਲ ਅਕਲ ਹੋਵੇ ਨਾ ਉਹ ਧਨ ਥੋੜਾ ਵੀ ਹੋਵੇ ਤੇ ਜ਼ਿਆਦਾ ਕਰ ਲੈਂਦੇ ਆ ਤੇ ਬੇਅਕਲਿਆਂ ਕੋਲ ਤੇ ਧਨ ਦੇ ਖੂਪਰੇ ਵੀ ਹੋਣ ਤੇ ਖਾਲੀ ਕਰ ਬੈਂਦੇ ਨੇ ਪਹਿਲਾ ਸ਼ਬਦ ਹੀ ਅਕਲ ਵਰਤਿਆ ਇਥੇ ਸ਼ੁਰੂਆਤ ਧਨ ਤੋਂ ਨਹੀਂ ਕੀਤੀ ਮਹਾਰਾਜ ਨੇ ਸ਼ੁਰੂਆਤ ਅਕਲ ਤੋਂ ਕੀਤੀ ਅਕਲ ਵਾਲਾ ਥੋੜੇ ਧਨ ਤੋਂ ਵੀ ਵੱਧ ਕਰ ਲੈਂਦਾ ਤੇ ਬੇਅਕਲਾ ਦਾਦਿਆਂ ਪਰਦਾਦਿਆਂ ਨੇ ਜੇ ਧਨ ਦੇ ਕੇ ਵੀ ਮਰੇ ਹੋਣ ਤੇ ਉਹ ਵੀ ਖੂ ਖਾਲੀ ਕਰ ਜਾਂਦਾ ਬੈਂਕਾਂ ਭਰੀਆਂ ਹੋਣ ਤਜੋਰੀਆਂ ਭਰੀਆਂ ਹੁਣ ਲੋਕਰਾਂ ਚ ਸੋਨਾ ਭਾਵੇਂ ਜਮਾ ਕਰਾਇਆ ਹੋਵੇ ਬੈਂਕਾਂ ਚ ਉਹ ਵੀ ਖਾਲੀ ਕਰ ਜੂ ਪਰ ਜੇ ਅਕਲ ਕੋਲ ਹੈ ਇਥੇ ਸ਼ਬਦ ਵਰਤਿਆ ਤਿੰਨ ਮਤ ਮਤ ਮੀਨਿੰਗ ਅਕਲ ਸਿਆਣਪ ਤਿੰਨ ਮਤ ਤਿੰਨ ਪਤ ਪਤ ਮਿਲ ਹੁਣ ਜੇ ਮਤ ਉੱਚੀ ਹੋਏਗੀ ਤੇ ਪਤ ਆਪਣੇ ਆ ਵੀ ਉੱਚੀ ਹੋਏਗੀ ਕਿਉਂਕਿ ਮਿਹਨਤ ਤੇ ਮਤ ਤੋਂ ਇੱਜ਼ਤ ਬਣਨੀ ਹੈ ਨਾ ਵੇਖੋ ਕਾਵ ਰੂਪ ਚ ਕਿਹੜੇ ਪਿਆਰੇ ਸੰਦੇਸ਼ ਦਿੱਤੇ ਤਿੰਨ ਮਤ ਤਿੰਨ ਪਤ ਹੁਣ ਜਿਹਦੇ ਕੋਲ ਹੁਣ ਤੁਸੀਂ ਜੇ ਸ਼ੁਰੂਆਤ ਇਦਾਂ ਕਰਦੇ ਵੀ ਪਹਿਲਾਂ ਧਨ ਦੀ ਗੱਲ ਕਰਦੇ ਜੇ ਧਨ ਕੋਲ ਹੋਵੇ ਪਰ ਅਕਲ ਨਾ ਹੋਵੇ ਜੇ ਅਕਲ ਨਹੀਂ ਹੋਏਗੀ ਤੇ ਇੱਜ਼ਤ ਹੋਣੀ ਨਹੀਂ ਬੜੇ ਲੋਕ ਜਿਨ੍ਹਾਂ ਕੋ ਪੈਸਾ ਬਹੁਤ ਹੈ ਪਰ ਅਕਲ ਨਹੀਂ ਹੁੰਦੀ ਤੇ ਮਾਫ ਕਰਨਾ ਉਹਨਾਂ ਦੀ ਇੱਜ਼ਤ ਵੀ ਕੋਈ ਨਹੀਂ ਹੁੰਦੀ ਮੂੰਹ ਤੇ ਲੋਕ ਠੀਕ ਉਹਨਾਂ ਕੋਲੋਂ ਕੰਮ ਕਢਾਉਂਦੇ ਆ ਮਾਰਿਆ ਚਾਪਲੂਸੀ ਕਰ ਜਾਂਦੇ ਆ ਪਰ ਅੰਦਰੋਂ ਉਹਨਾਂ ਦਾ ਕੋਈ ਸਤਕਾਰ ਨਹੀਂ ਕਰਦਾ ਤੋਂ ਪਾਸ਼ਗਦ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਸਮਝ ਲਓ ਉਹ ਅਕਲ ਵਾਲੇ ਨੇ ਉਹ ਸਿਆਣੇ ਨੇ ਤਿੰਨ ਮਤ ਉਹ ਇੱਜ਼ਤ ਵਾਲੇ ਨੇ ਉਹ ਧਨ ਵਾਲੇ ਨੇ ਤੈਨ ਮਤ ਤੈਨ ਪਤ ਤੈਨ ਧਨ ਪੱਲੇ ਜਿਨ ਹਿਰਦੇ ਰਹਾ ਸਮਾਏ ਜਿਨ੍ਹਾਂ ਦੇ ਹਿਰਦੇ ਵਿੱਚ ਸਮਾਇਆ ਹੋਇਆ ਹੈ ਤੈਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਜਿਹੜੀਆਂ ਸਾਹਿਬ ਨਾਲ ਮਿਲੀਆਂ ਹੋਈਆਂ ਨੇ ਉਹਨਾਂ ਦੀ ਸ਼ੋਭਾ ਲਬਜ਼ਾਂ ਨਾਲ ਕਿਦਾਂ ਬਿਆਨ ਕਰ ਲੂ ਕੋਈ ਤੈਨ ਮਤ ਤੈਨ ਪਤ ਤੈਨ ਧਨ ਪੱਲੇ ਜਿਨ ਹਿਰਦੇ ਰਹਾ ਸਮਾਏ ਪਾਸ਼ਕ ਦੇ ਤੈਨ ਕਾ ਕੀ ਸੁਲਾਹਣਾ ਤੈਨ ਕੀ ਸ਼ੋਭਾ ਕਿਆ ਕਰਨੀ ਤੈਨ ਕਾ ਕਿਆ ਸਲਾਹਣਾ ਉਹਨਾਂ ਦਾ ਕੀ ਕੋਈ ਸਲਾਹੇਗਾ ਕੀ ਕੋਸ਼ਤਤ ਕਰੇਗਾ ਅਵਰ ਸਵਾਲਿਓ ਕਾਏ ਤੇ ਦੂਜਾ ਕੋਈ ਉਹਨਾਂ ਦੇ ਮੁਕਾਬਲੇ ਹੋਏਗਾ ਤੇ ਗੱਲ ਬਣੇਗੀ ਨਾ ਕੋਈ ਹੈ ਉਹਨਾਂ ਦੇ ਮੁਕਾਬਲੇ ਦਾ ਕੋਈ ਭਾਸ਼ਾ ਕੰਦੇ ਨੇ ਤੈਨ ਕਾ ਕਿਆ ਸਲਾਹਣਾ ਅਵਰ ਸਵਾਲਿਓ ਕਾਏ ਅਵਰ ਸਵਾਲਿਓ ਸੋਣਾ ਕਾਏ ਹੈ ਕੋਈ ਉਹਨਾਂ ਦੇ ਮੁਕਾਬਲੇ ਤੇ ਜੇ ਕੋਈ ਉਹਨਾਂ ਵਰਗਾ ਹੋਏਗਾ ਤੇ ਸ਼ੋਭਾ ਹੋਏਗੀ ਨਾ ਉਹਨਾਂ ਵਰਗਾ ਕਾਏ ਮੈਨੂੰ ਕੌਣ ਸਵਾਲੇ ਮਿੰਨ ਸੋਣਾ ਅਵਰ ਸਵਾਲਿਓ ਕਾਇ ਨਾਨਕ ਨਜ਼ਰੀ ਬਾਹਰੇ ਪਰ ਜਿਹੜੇ ਉਹਦੀ ਨਜ਼ਰ ਤੋਂ ਬਾਹਰੇ ਨੇ ਜਿਹੜੇ ਸੱਚ ਤੋਂ ਵਿਰਵੇ ਨੇ ਸੱਚ ਤੋਂ ਦੂਰ ਦੂਰੀ ਬਣਾ ਕੇ ਬੈਠੇ ਨੇ ਨਾਨਕ ਨਜ਼ਰੀ ਬਾਹਰੇ ਰਾਚੇ দান ਨਾ ਨਾਏ ਰਾਚੇ দান ਦਾ ਅਰਥ ਕੀ ਆ ਉਹ ਤੇ ਪਦਾਰਥਾਂ ਨਾਲ ਜੁੜ ਕੇ ਬੈਠੇ ਨੇ ਉਹ ਤੇ ਪਦਾਰਥਾਂ ਨਾਲ ਸਾਂਝ ਪਾ ਕੇ ਬੈਠੇ ਨੇ ਉਤੇ ਵਿਸ਼ਿਆਂ ਵਕਾਰਾਂ ਨਾਲ ਸੁਰਤ ਜੋੜ ਕੇ ਬਿਟੇ ਨਾ ਨਾ ਉਹ ਨਾ ਨਾਲ ਸੱਚ ਨਾਲ ਰਾਚੇ ਦਾਣ ਨਾ ਨਾਇ ਨਾਇਦਾਰਥ ਕੀ ਹੈ ਨਾਮ ਸੱਚ ਜਿਨੇ ਜੀਵਨ ਨੂੰ ਖੂਬ ਸੁਰਤ ਬਣਾਉਣਾ ਸੀ ਉਹਦੇ ਨਾਲ ਸਾਂਝ ਪਾਈ ਨਹੀਂ ਮਹਾਰਾਜ ਕਹਿੰਦੇ ਇਸ ਕਰਕੇ ਸਹਿਬ ਜੀ ਕਹਿੰਦੇ ਤਨ ਕੀ ਸ਼ੋਭਾ ਕਿਆ ਗਣੀ ਉਹਨਾਂ ਦੀ ਸ਼ੋਭਾ ਕੋਈ ਲਵਜਾਂ ਨਾਲ ਕਿਦਾਂ ਬਿਆਨ ਕਰ ਦੂ ਤੋ ਪਾਸ਼ਾ ਜੀ ਕਹਿੰਦੇ ਨੇ ਤਨ ਕੀ ਸ਼ੋਭਾ ਕਿਆ ਗਣੀ ਉਹਨਾਂ ਦੀ ਸ਼ੋਭਾ ਕਿਆ ਗਣੀ ਕੌਣ ਬਿਆਨ ਕਰੇਗਾ ਕੋਈ ਰੋਜ਼ ਦੇ ਮੁਕਾਬਲੇ ਤਾਂ ਹੋਏਗਾ ਤਾਂ ਤਾਂ ਹੀ ਹੈ ਨਾ ਜੇ ਸਾਹਿਬ ਮੇਲੜੀਆਂ ਜਿਹੜੀਆਂ ਸਾਹਿਬ ਨਾਲ ਮਿਲੀਆਂ ਹੋਈਆਂ ਨੇ ਜਿਹੜੀਆਂ ਸਾਹਿਬ ਨਾਲ ਜੁੜੀਆਂ ਹੋਈਆਂ ਸਾਹਿਬ ਮੀਨਨ ਸੱਚ ਤਨ ਮਨ ਮੌਲਿਆ ਰਾਮ ਸਿਉਂ ਕਿਆ ਬਾਤ ਹੈ ਉਹਨਾਂ ਦਾ ਮਨ ਵੇਖੋ ਤਨ ਮਨ ਮੌਲਿਆ ਰਾਮ ਸਿਉਂ ਰਾਮ ਨਾਲ ਜੁੜਨ ਕਾ ਕਿ ਤਨ ਵੀ ਮੌਲਿਆ ਤੇ ਮਨ ਵੀ ਮੌਲਿਆ ਅੱਜ ਹੈ ਤਨ ਮੌਲੇ ਅਜ ਤਾਂ ਤਾਨੂੰ ਖੇਡਣ ਵਾਸਤੇ ਬੰਦੇ ਨੂੰ ਆਰਟੀਫੀਸ਼ੀਅਲ ਬਾਹਰੋਂ ਨਹੀਂ ਕਰਨਾ ਪੈਂਦਾ ਸ਼ਿੰਗਾਰ ਵੀ ਦਿਸਦਾ ਨਹੀਂ ਹੋ ਪਰ ਬਾਹਰ ਦਾ ਆਸਰਾ ਜ਼ਿਆਦਾ ਲੈਣਾ ਪੈਂਦਾ ਤੇ ਜਿਨ੍ਹਾਂ ਦੇ ਕੋਲ ਗੁਣ ਹੁੰਦੇ ਨਾ ਅਕਿਆਂ ਨੂੰ ਨਾਟਕ ਕਰਨਾ ਪੈਂਦਾ ਵੀ ਲੋਕਾਂ ਤੇ ਪ੍ਰਭਾਵ ਪਵੇਦਾ ਪ੍ਰਪਾਸ਼ਾ ਦੀ ਬਾਣੀ ਕਹਿੰਦੇ ਨਾ ਜਿਨ੍ਹਾਂ ਕੋਲ ਅੱਛਾ ਜਿਨ੍ਹਾਂ ਦੇ ਬਾਣੀ ਦੀ ਵਿਚਾਰ ਜਿਨ੍ਹਾਂ ਦੇ ਕੋਲ ਹੁੰਦੀ ਹੈ ਨਾ ਬਾਣੀ ਦਾ ਸੱਚ ਕੋਲ ਹੁੰਦਾ ਹੈ ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਲੋਕਾਂ ਤੇ ਪ੍ਰਭਾਵ ਪਾਉਣ ਲਈ ਸ਼ਾਇਦ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਣ ਨਾਲ ਗੱਲ ਬਣਨੀ ਹੈ। ਨਾ 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 ਨਾ। ਮਾਫ਼ ਕਰਨਾ ਮਤਾਂ ਸੋਚੋ। ਕੱਪੜਾ ਤਾਂ ਦੀ ਖੂਬਸੂਰਤੀ ਨਹੀਂ ਵਧਾਉਂਦਾ। ਬੰਦੇ ਦੇ ਗੁਣ ਜਿਹੜੇ ਨੇ ਉਹ ਕੱਪੜੇ ਦੀ ਖੂਬਸੂਰਤੀ ਵਧਾ ਦਿੰਦੇ ਨੇ। ਹੁਣ ਪੈਂਟ ਕੋਟ ਬੰਦੇ ਨੇ ਪਾਇਆ ਹੋਵੇ ਧਿਆਨ ਨਾਲ ਸੁਣਿਓ ਗੱਲ ਹੁਣ। ਪਰ ਬੰਦਾ ਨਕਮਾ ਹੋਵੇ ਉਹ ਤੇ ਕੱਪੜੇ ਦੀ ਵੀ ਜਖਣਾ ਲਾ ਦਿੰਦਾ। ਬੰਦੇ ਨੇ ਕੱਪੜੇ ਬੜੇ ਵਧੀਆ ਪਾਏ ਹੁਣ ਪਰ ਬੰਦਾ ਨਕਮਾ ਹੋਵੇ ਉਹਦੇ ਕਪੜੇ ਦਾ ਵੀ ਨਾਲ ਜਲੂਸ ਘੜਦਾ ਉਹਨੇ ਗੱਲ ਗੁਣਾ ਦੀ ਹੈ ਖੇੜ ਸਾਰੀ ਗੁਣਾ ਦੀ ਹੈ ਕਈ ਵਾਰੀ ਨਾ ਨਵੀਂ ਦੁਨੀਆ ਸਰਜੀ ਜਾਂਦੀ ਹੈ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਕਪੜਿਆਂ ਨਾਲ ਲੋਕਾਂ ਤੇ ਪ੍ਰਭਾਵ ਪੈਣਾ ਵੀ ਲੈ ਲਿਸ਼ਕ ਪੁਸ਼ਕ ਸਭ ਤੋਂ ਵੱਧ ਤੇ ਜੋਰ ਭਗਤ ਕਬੀਰ ਜੀ ਨੇ ਇਸੇ ਦਿੱਤਾ ਸੀ ਵੀ ਮਾਥੇ ਤਿਲਕ ਹੱਥ ਮਾਲਾ ਬਾਨਾ ਬਾਨਾ ਮੇਨੂੰ ਵਰਦੀ ਲੋਕਾਂ ਤੇ ਪ੍ਰਭਾਵ ਪਵੇ ਵੀ ਕੀ ਬਾਤ ਹੈ ਬਾਬਾ ਜੀ ਐ ਸਣ ਸਣੇ ਕਪੜੇ ਲੋਕਾਂ ਤੇ ਪਵੇ ਪ੍ਰਭਾਵ ਗੁਰਮਤ ਨਹੀਂ ਹੈ ਕਪੜੇ ਪਾਉਣ ਤੋਂ ਗੁਰਮਤ ਮਨਾ ਨਹੀਂ ਕਰਦੀ ਪਰ ਇਹ ਕਹਿੰਦੀ ਹੈ ਬਾਣੀ ਵੀ ਕਿਤੇ ਐਸਾ ਤੇ ਨਹੀਂ ਧਰਮ ਦੇ ਨਾਂ ਤੇ ਵਿਖਾਵਾ ਤੇ ਨਹੀਂ ਹੋ ਰਿਹਾ ਧਰਮ ਦੇ ਨਾਂ ਤੇ ਨਾਟਕ ਤੇ ਨਹੀਂ ਹੋ ਰਿਹਾ ਜੇ ਗੁਰੂ ਨਾਨਕ ਸਾਹਿਬਾਰੇ ਭਾਈ ਗੁਰਦਾਸ ਜੀ ਲਫ਼ਜ਼ ਲਿਖਦੇ ਨੇ ਕਿ ਬਾਬੇ ਭੇਖ ਬਣਾਇਆ ਬਾਬੇ ਤੇ ਭੇਖ ਬਣਾਇਆ ਸੀ ਥਾਂ ਥਾਂ ਤੇ ਜਾਣ ਕਰਕੇ ਬਾਬੇ ਨੂੰ ਤਾਂ ਪਤਾ ਸੀ ਨਾ ਕਿ ਜਮ ਮੱਕੇ ਜਾਣਾ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਉਥੇ ਬਾਬੇ ਨੂੰ ਪਤਾ ਸੀ ਵੀ ਇਹ ਬਸਤਰ ਪਾਉਣੇ ਪੈਣੇ ਨੇ ਕਿਉਂਕਿ ਇਹਨਾਂ ਨੇ ਗੱਲ ਮੇਰੀ ਤਾਂ ਸੁਣਨੀ ਐ ਜੋਗਿਆਂ ਕੋਲ ਗਏ ਉਹ ਜੇ ਬਸਤਰ ਪਾਏ ਪਰ ਜਿੱਥੇ ਬਾਬੇ ਨੂੰ ਪਤਾ ਲੱਗ ਗਿਆ ਨਾ ਹੁਣ ਹੁਣ ਬਾਬੇ ਜਿਹੜੇ ਐਸਐਚ ਨੂੰ ਥਾਣੇ ਜਾਂਦਾ ਉਹ ਸਪੈਸ਼ਲ ਵਰਦੀ ਪਾ ਕੇ ਜਾਂਦਾ ਪਰ ਜਦੋਂ ਵਿਆਹ ਜਾਂਦਾ ਉਹ ਉਥੇ ਫਿਰ ਬੇਟੀ ਬੋਲ ਪੈਂਦੀ ਲੱਗੇ ਉਹ ਡੈਡ ਬੱਚੇ ਬੋਲਦੇ ਡੈਡੀ ਹੁਣ ਆਪਾਂ ਵਿਆਹ ਚੱਲ ਰਿਹਾ ਹੁਣ ਸਿਵਲ ਕੱਪੜੇ ਪਾ ਲਓ ਤੁਸੀਂ ਹੈਗਾ ਭਾਵੇਂ ਐਸਐਚ ਹੋਈ ਆ ਪਰ ਵਰਦੀ ਉਹ ਤੋਂ ਸਿੰਪਲ ਸਾਦੀ ਪਾ ਕੇ ਜਾਂਦਾ ਹੁਣ ਮਾਰੇ ਧਿਆਨ ਇੱਧਰ ਥੋੜਾ ਜਿਹਾ ਇੱਥੇ ਭਾਈ ਗੁਰਦਾਜ ਜੀ ਸ਼ਬਦ ਵਰਤਦੇ ਨੇ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਕਲ ਉਤਾਰਾ ਭੇਖ ਲਾ ਦਿੱਤਾ ਕਹਿੰਦੇ ਲੋਕਾਂ ਨੇ ਮੇਰੇ ਭੇਖ ਦੀ ਪੂਜਾ ਕਰਨ ਲੱਗ ਪੈਣੀ ਹੈ ਭਾਵੇਂ ਅੱਜ ਵੀ ਹੋ ਰਹੀ ਹੈ ਅੱਜ ਵੀ ਤੁਸੀਂ ਡੇਰਾ ਸਾਹਿਬ ਚਲੇ ਜਾਓ ਉੱਥੇ ਬਾਬੇ ਦਾ ਚੋੜਾ ਰੱਖ ਕੇ ਅਗਲੇ ਬੈਠੇ ਆ ਉਹ ਕਹਿੰਦੇ ਬਾਬੇ ਇਹ ਬਾਬਾ ਜੀ ਦਾ ਚੋੜਾ ਹੈ ਗੁਰੂ ਸਾਹਿਬ ਦੇ ਚੋਲੇ ਦਰਸ਼ਨ ਕਰੋ ਮਹਾਰਾਜ ਆਪਣੇ ਚੋਲਿਆਂ ਨਾਲ ਜੇ ਜੋੜਨ ਆਏ ਹੁੰਦੇ ਤੇ ਭੇਖ ਉਦਾਸੀ ਸਕਲ ਉਤਾਰਾ ਕਿਉਂ ਕਰਦੇ ਉਹਨੂੰ ਪਤਾ ਸੀ ਕਿ ਮੈਂ ਚੋਲਿਆਂ ਨਾਲ ਥੋੜਾ ਜੋੜਨ ਆਇਆ ਐ ਮੈਂ ਭੇਖਣਾ ਥੋੜਾ ਜੋੜਨ ਆਇਆ ਐ ਬਾਬਾ ਤੇ ਗੱਲ ਗ੍ਰਸਤੀ ਦੀ ਕਰਦਾ ਜੇ ਬਾਬੇ ਨਾਨਕ ਦੇ ਯਾਰ ਬਣਨਾ ਤੇ ਬਾਬੇ ਨਾਨਕ ਦੀ ਆ ਵੀ ਗੱਲ ਮੰਨਣੀ ਪੈਣੀ ਐ ਵੀ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਆਵਤਾਰਾ ਮੰਜੀ ਬੈਠ ਕੇ ਆਵਤਾਰਾ ਐ ਸੰਸਾਰੀ ਕੱਪੜੇ ਸੰਸਾਰੀ ਕੱਪੜੇ ਕਿਹੜੇ ਹੋਣਗੇ ਭਲਾ ਜਦੋਂ ਬਾਬਾ ਹੜਵੋਂਦਾ ਉਕਰਤਾਰਪੁਰ ਕਿਹੜੇ ਕੱਪੜੇ ਪਾਏ ਹੋਣਗੇ ਭਲਾ ਸੋਚ ਕੇ ਵੇਖਿਓ ਮੈਨੂੰ ਪੱਕਾ ਪਤਾ ਐ ਆ ਲਵਜ ਸਾਦਾ ਸਾਦਾ ਦੇ ਪੈਰਾਂ ਤੇ ਮੱਥੇ ਟੇਕਣ ਵਾਲਿਆਂ ਨੂੰ ਕਦੀ ਨਹੀਂ ਪਸੰਦ ਆਉਂਨੇ ਪਤਾ ਕਿਉਂ ਉਹ ਚੋਲਾ ਵੇਖ ਕੇ ਤੇ ਸਿਰ ਝਗਾਉਂਦੇ ਆ ਨਹੀਂ ਤੇ ਘਰ ਪਿਓ ਆ ਉਹਨੂੰ ਤੇ ਚੰਗੀ ਤਰ੍ਹਾਂ ਬੁਲਾਉਂਦੇ ਨਹੀਂ ਆ ਮਾਂ ਨਾਲ ਤੇ ਭੈੜੇ ਤੋਂ ਭੈੜੇ ਸ਼ਬਦ ਬੋਲਦੇ ਨੇ ਤੇ ਸਾਧ ਦੇ ਚੋਲੇ ਦੀਆਂ ਪ੍ਰਕਰਮਾ ਕਰਦੇ ਨੇ ਤੇ ਮਾਫ਼ ਕਰਨਾ ਇਹ ਜਦੋਂ ਸਾਧ ਇਹਨਾਂ ਦੇ ਮਰ ਗਏ ਨਾ ਇਹਨਾਂ ਨੇ ਇਹ ਸਾਧ ਦੇ ਚੋਲੇ ਵੀ ਮੜਾ ਕੇ ਰੱਖ ਲੈਣੇ ਮੜਾਏ ਇਹ ਪੰਜਾਬ 'ਚ ਕਿੰਨੇ ਆ ਥਾਵਾਂ ਤੇ ਸਾਧਾਂ ਦੇ ਚੋਲੇ ਬਾਬਾ ਮਰ ਗਿਆ ਹੰਗਰਾਂ 'ਚ ਪਾ ਪਾ ਕੇ ਚੋਲੇ ਟੰਗੇ ਆ ਜੁੱਤੀਆਂ ਸਾਹਮਣੇ ਰੱਖੀਆਂ ਸਾਧਾਂ ਦੀਆਂ ਅਗਲੇ ਗੁਰੂ ਨਾਨਕ ਸਾਹਿਬ ਦੇ ਚੋਲੇ ਦੀ ਪੂਜਾ ਕਰਾਉਣਗੇ ਤੇ ਆਪਣੇ ਚੋਲਿਆਂ ਦੀ ਪੂਜਾ ਹੋਏਗੀ ਨਾ ਬਾਬੇ ਨਾਨਕ ਦੇ ਚੋਲੇ ਸਾਹਮਣੇ ਰੱਖਣਗੇ ਤੇ ਆਪਣੇ ਚੋਲਿਆਂ ਦੀ ਪੂਜਾ ਹੋਏਗੀ ਨਾ ਬਾਬੇ ਨਾਨਕ ਦੀ ਫੋਟੋ ਲਾ ਕੇ ਗੜਵਾ ਰੱਖਣਗੇ ਤੇ ਆਪ ਗੜਵਈ ਰੱਖਣਗੇ ਨਾ ਪਸ ਇਤਿਹਾਸ ਸ਼ੁਰੂਆਤ ਹੋਈ ਹਣ ਭਾਈ ਗੁਰਦਾਸ ਪੜਿਆ ਕੋਈ ਨਹੀਂ ਭਾਈ ਗੁਰਦਾਸ ਜੀ ਦੀਆਂ ਤੇ ਰਚਨਾਵਾਂ ਮਾੜੀਆਂ ਲੱਗਦੀਆਂ ਨੇ ਬਾਣੀ ਵਾਲੇ ਬੰਨੇ ਤੇ ਹੋਣਾ ਨਹੀਂ ਘੰਟਿਆਂ ਬੱਧੀ ਦੁਵਾਨ ਲਾ ਕੇ ਪ੍ਰਮਾਨ ਬਾਣੀ ਦਾ ਇੱਕ ਤੋਕ ਨਹੀਂ ਪੜਨੀ ਤੇ ਗੱਲਾਂ ਆਪਣਾ ਕੱਚ ਘੜੜ ਗਿਆਨ ਘੋਟੀ ਜਾਣਾ ਬਸ ਮਾਫ ਕਰਨਾ ਬਾਣੀ ਆ ਕਹਿੰਦੀ ਸੁਣੇ ਹਣ ਤੇ ਨਾ ਰਾਚੇ ਦਾਣ ਨਾ ਨਾਏ ਤੇ ਸਹਬ ਜੀ ਇਹ ਤੇ ਬਖਸ਼ਿਸ਼ ਕਰਦੇ ਨੇ ਤਨ ਮਨ ਮੌਲਿਆ ਜਦੋਂ ਬੰਦਾ ਅੰਦਰੋਂ ਖੜਿਆ ਹੋਏ ਨਾ ਕਪੜਾ ਕੋਈ ਵੀ ਪਾਇਆ ਹੋਵੇ ਕੱਪੜੇ ਦੀ ਸੁੰਦਰਤਾ ਆਪੇ ਬਣ ਜਾਂਦੀ ਹੈ ਆਪਾਂ ਨੇ ਕਈ ਵਾਰੀ ਕਿਹਾ ਨੇ ਆਹ ਬੰਦਾ ਜਿਹੜਾ ਮਰਜ਼ੀ ਕਪੜਾ ਪਾ ਲੈਣਾ ਸੁਧਾਰ ਨਾਲ ਵੀ ਪਾ ਲੈ ਕਪੜਾ ਇਹਨੇ 100 ਰੁਪਏ ਮੀਟਰ ਵੀ ਪਾ ਲੈ ਤਾਂ ਵੀ ਫੱਬਦਾ ਤੇ ਕਈ ਬੰਦੇ 5-500 ਰੁਪਏ ਮੀਟਰ ਕਪੜਾ ਪਾ ਕੇ ਵੀ ਗੱਲ ਨਹੀਂ ਬਣਦੀ ਸਾਸਨ ਜੀ ਬਾਣੀ ਚ ਨਾ ਭੇਖਦੀ ਇਸੇ ਕਰਕੇ ਨਿਖੇਧੀ ਕੀਤੀ ਹੈ ਲੋਕ ਆਪਣੇ ਭੇਖ ਦੀ ਪੂਜਾ ਕਰਾਉਂਦੇ ਸੀ ਤੋ ਪਾਸ਼ਾ ਜੀ ਕਹਿੰਦੇ ਨੇ ਤਨ ਮਨ ਮੌਲਿਆ RAM ਸਿਉ RAM ਸਿਉ RAM ਨਾਲ ਜੁੜ ਕੇ ਤਨ ਵੀ ਮੋਲ ਗਿਆ ਤੇ ਮਨ ਵੀ ਮੋਲ ਗਿਆ ਸੰਗ ਸਾਧ ਸਹਿ ਲੜੀਆਂ ਸੰਗ ਸਾਧ ਸਹਿ ਲੜੀਆਂ ਜਿਹੜੀਆਂ ਜੀਵ ਇਸਤਰੀਆਂ ਸੰਗ ਸਾਧ ਸਾਧ ਮੀਨ ਗੁਰੂ ਜਿਹੜੇ ਸਾਧ ਗੁਰੂ ਦੇ ਸੰਗ ਰਹਿ ਕੇ ਉਹ ਜੀਵ ਇਸਤਰੀਆਂ ਦਾ ਤਨ ਤੇ ਮਨ ਦੋਵੇਂ ਖੜ ਗਿਆ ਜਦੋਂ ਮਨ ਖੜਿਆ ਹੋਵੇ ਤਨ ਆਪਣੇ ਆਪ ਹੀ ਖੜ ਜਾਂਦਾ ਫਿਰ ਖੜੇ ਚ ਰਹਿੰਦਾ ਸਾਧ ਜਨਾਂ ਤੇ ਬਾਹਰੀ ਹੁਣ ਵੇਖੋ ਅਗਲੀ ਇਥੋਂ ਤੱਕ ਸੀ ਉਹਨਾਂ ਦੀ ਗੱਲ ਜਿਹੜੀਆਂ ਸੁਹੰਦੀਆਂ ਸੀ ਸੋਹਣੀਆਂ ਲੱਗਦੀਆਂ ਸੀ ਹੁਣ ਅਗਲੀਆਂ ਜਿਹੜੀਆਂ ਦੋ ਤੋਕਾਂ ਨੇ ਨਾ ਇਹ ਗੱਲ ਉਹਨਾਂ ਦੀ ਹੋ ਰਹੀ ਆ ਜਿਹੜੀਆਂ ਸਾਧ ਗੁਰੂ ਤੋਂ ਸਖਣੀਆਂ ਨੇ ਉਥੇ ਕਹਿੰਦੇ ਸਾਧ ਜਨਾਂ ਤੇ ਬਾਹਰੀ ਜਿਹੜੀਆਂ ਸਾਧ ਜਨਾਂ ਤੇ ਬਾਹਰੀ ਜਿਹੜੀਆਂ ਸਾਧੂ ਗੁਰੂ ਤੋਂ ਬਿਨਾ ਜ਼ਿੰਦਗੀ ਜੁਂਦੀਆਂ ਨੇ ਜਿਹੜੀਆਂ ਗੁਰੂ ਤੋਂ ਬਿਨਾ ਜੀਵਨ ਗੁਜ਼ਾਰਦੀਆਂ ਨੇ ਸਾਤ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਉਹ ਰਹਿਣ ਅਕੇਲੜੀਆਂ ਜਿਹੜੀਆਂ ਸਾਧੂ ਗੁਰੂ ਤੋਂ ਬਿਨਾਂ ਜ਼ਿੰਦਗੀ ਜੁਹੰਦੀਆਂ ਨੇ ਉਹਨਾਂ ਦੀ ਹਾਲਤ ਅਕੇਲੜੀਆਂ ਉਹ ਉਸ ਬਾੜ ਤੇਲ ਵਰਗੀ ਹਾਲਤ ਹੁੰਦੀ ਆ ਜਿਨ੍ਹਾਂ ਨੂੰ ਕਿਸਾਨ ਨੇ ਬੀਜਿਆ ਤੇ ਜ਼ਰੂਰ ਹੁੰਦਾ ਬਾਕੀ ਦਾਣਿਆਂ ਵਾਲਿਆਂ ਨੂੰ ਵੱਢ ਕੇ ਲੈ ਜਾਂਦਾ ਉਹ ਵਿਚਾਰੇ ਇਕੱਲੇ ਛੁੱਟੜ ਖਲੋਤੇ ਰਹਿੰਦੇ ਆ ਫਿਰ ਉਹਨਾਂ ਦਾ ਸੌਖ ਖਸਮ ਬਣਦਾ ਸੌ ਉਹਨਾਂ ਦਾ ਨਾਂ ਬਣਦਾ ਜਿਹੜਾ ਮਰਜ਼ੀ ਵੱਢ ਕੇ ਲੈ ਗਿਆ ਨਾ ਨੂੰ ਗੁਰੂ ਨਾ ਚਿੱਤ ਨਹੀਂ ਮਨ ਆਪਣੇ ਸੁਚੇਤ ਛੋਟਾ ਤੇਲਬ ਬਾੜੀਆਂ ਸੁੰਝੇ ਅੰਦਰ ਖੇਤ ਉਪਰ ਬੁਆੜ ਤਲਾਂ ਦੇ ਬੂਟੇ ਜਿਹੜੇ ਕੱਲੇ ਖਸਮੇ ਉਹਨਾਂ ਦਾ ਫਿਰ 100 ਖਸਮ ਬਣਦਾ ਫਿਰ ਜਿਹੜੇ ਸਾਧ ਜਨਾਂ ਤੇ ਬਾਹਰੀ ਸਾਧ ਜਨਾਂ ਤੇ ਬਾਹਰੀ ਸਾਧ ਜਨਾਂ ਤੇ ਬਾਹਰੀ ਜਿਹੜੇ ਗੁਰੂ ਤੋਂ ਬਾਹਰੇ ਨੇ ਗੁਰੂ ਤੋਂ ਬਿਨਾਂ ਜ਼ਿੰਦਗੀ ਜਿਉਂਦੇ ਨੇ ਸੇ ਰਹਿਣ ਅਕੇਲੜੀਆਂ ਉਹ ਰਹਿਣ ਛੁੱਟ ਰਖਵਾਉਂਦੇ ਨੇ ਗੁਰੂ ਤੋਂ ਬਿਨਾਂ ਜ਼ਿੰਦਗੀ ਜੀਉਗੇ ਤਿੰਨ ਦੁੱਖ ਨਾ ਕਬੂ ਹੁ ਉਤਰੈ ਉਹਨਾਂ ਦਾ ਫਿਰ ਇਹ ਦੁੱਖ ਕਦੀ ਵੀ ਨਹੀਂ ਉਤਰਦਾ ਕਿਹੜਾ ਦੁੱਖ ਭਲਾ ਜੰਮਣ ਮਰਨ ਵਾਲਾ ਦੁੱਖ ਹੌਕੇ ਲੈ ਲੈ ਜ਼ਿੰਦਗੀ ਜੀਉਂਦੇ ਕਦੀ ਕਿਹਦਾ ਤਨ ਵੇਖ ਕੇ ਮਰ ਗਏ ਕਦੀ ਕਿਹਦਾ ਧਨ ਵੇਖ ਕੇ ਮਰ ਗਏ ਉਹਨਾਂ ਦੀ ਸਾਰੀ ਜ਼ਿੰਦਗੀ ਇਦਾਂ ਲੰਘ ਜਾਂਦੀ ਆ ਤਿੰਨ ਦੁੱਖ ਨਾ ਕਬੂ ਹੁ ਉਤਰੈ ਸੇ ਜਮ ਕਹਿ ਵਸ ਪੜੀਆਂ ਉਸਦੇ ਜਮ ਦੇ ਵਸ ਪੜੀਆਂ ਰਹਿੰਦੀਆਂ ਹੁਣ ਜਮ ਕਿਹੜਿਆ ਇਹ ਆਪਾਂ ਹਰ ਵਾਰੀ ਕਲੀਅਰ ਕਰ ਚੁੱਕੇ ਆਂ ਪੰਜ ਵਕਾਰ ਹੀ ਜਾਮਾ ਜਦੋਂ ਸਾਧੂ ਗੁਰੂ ਤੋਂ ਨਾਤਾ ਟੁੱਟ ਗਿਆ ਫਿਰ ਜਮਾਂ ਦੇ ਵਾਸੀ ਪੈਣਾ ਫਿਰ ਕਰਤ ਕਰਮ ਕੇ ਵਿਛੜੇ ਆਪਾਂ ਪਿਛੇ ਪਾੜੀ ਆਏ ਆ ਪਿਛੇ ਆਪਾਂ ਕਤਕ ਕਰਮ ਕਮਾਉਣੇ ਦੋਸ਼ ਨਾ ਕਾਹੂ ਜੋਗ ਪੜ ਆਏ ਆ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਪੜ ਆਏ ਆ ਆਪਾਂ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਕਿਉਂਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਫਿਰ ਤੇ ਜੀਵਨ ਐਸਾ ਹੀ ਬਣੇਗਾ ਨਾ ਜਦੋਂ ਜ਼ਿੰਦਗੀ ਦੇ ਵਿੱਚ ਸੱਚ ਦੀ ਵਿਚਾਰ ਨਹੀਂ ਹੋਏਗੀ ਫਿਰ ਤਾਂ ਜ਼ਿੰਦਗੀ ਦਾ ਨਿਚੋੜ ਇਹੋ ਹੀ ਬਣੇਗਾ ਉਥੇ ਕਿੱਥੇ ਤੱਕ ਖਿੰਮੇ ਕੌੜੇ ਹੋਏਗਾ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਤੈਰੋ ਵੈਰੋਜ ਆਪਾਂ ਕਤਕ ਮਹੀਨੇ ਦੀ ਜਦੋਂ ਵਿਚਾਰ ਕੀਤੀ ਹੈ ਵੀ ਕਤਕ ਮਹੀਨੇ ਦੁਆਰਾ ਜੋ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ ਤੁਸੀਂ ਲੜੀ ਵੇਖੋ 12ਵਾਂ ਬਾਣੀ ਦੀ ਕਿੰਨੇ ਸੋਹਣੇ ਤਰੀਕੇ ਨਾਲ ਸਤਿਗੁਰ ਜੀ ਨੇ ਪਰੋਹ ਕੇ ਸੋਹਣਾ ਜਿਹਾ ਹਾਰ ਦਿੱਤਾ ਸਾਨੂੰ ਕਿ ਨੂੰ ਆਪਣੀ ਜ਼ਿੰਦਗੀ ਚ ਵਸਾ ਲੋ ਭਾਈ ਇਹਨੂੰ ਆਪਣੇ ਗਲੇ ਦਾ ਹਾਰ ਬਣਾ ਲਓ ਤਾਂ ਹਜ਼ੂਰ ਫਰਮਾਉਂਦੇ ਨੇ ਤਿੰਨ ਦੁੱਖ ਨਾ ਕਬ ਹੂੰ ਉਤਰੈ ਉਹਨਾਂ ਦਾ ਫਿਰ ਇਹ ਦੁੱਖ ਕਦੀ ਵੀ ਨਹੀਂ ਉਤਰਦਾ ਵਿਛੋੜੇ ਦੇ ਕਾਰ ਜਿਹੜਾ ਰੋਗ ਲੱਗਾ ਹੋਇਆ ਸੀ ਨਾ ਜਿਹੜਾ ਜੰਮਣ ਮਰਨ ਦੀ ਕਿਰਿਆ ਬਣੀ ਹੋਈ ਸੀ ਵੀ ਕਦੀ ਕਿਹਦਾ ਤਨ ਵੇਖ ਕੇ ਮਰ ਜਾਓ ਕਦੀ ਕਿਹਦਾ ਤਨ ਵੇਖ ਕੇ ਮਰ ਜਾਓ ਵਕਾਰਾਂ ਦੇ ਝਗੜੇ ਨਹੀਂ ساری ਜ਼ਿੰਦਗੀ ਮੁੱਕੇ ਸੇ ਜੰਮ ਕੈ ਵਸ ਪੜੀਆਂ ਉਸ ਦਾ ਜੰਮ ਦੇ ਵਸ ਪੜੀਆਂ ਰਹਿੰਦੀਆਂ ਜੰਮ ਫਿਰ ਉਹਨਾਂ ਨੂੰ ਖੱਜੜ ਖਵਾਰ ਕਰਦੇ ਜਿਨੀ ਰਾਵਿਆ ਪ੍ਰਭ ਆਪਣਾ ਹੁਣ ਅਗਲੀ ਅਗਲੀਆਂ ਤੁਕਾਂ ਤੇ ਫੇਰ ਗੱਲ ਉਹਨਾਂ ਦੀ ਆ ਗਈ ਆਪਾਂ ਗੱਲ ਪਹਿਲਾਂ ਕੀਤੀ ਸੀ ਨਾ ਇਹ ਮਹਾਰਾਜ ਦੇ ਨਾਲ ਬੜਾ ਪਿਆਰਾ ਤਰੀਕਾ ਸਮਝਾਉਣ ਦਾ ਜੇ ਇੱਕ ਗੁਰੂ ਨਾਲ ਜੁੜ ਕੇ ਜੀਵਨ ਗੁਜ਼ਾਰਨ ਵਾਲੀ ਦੀ ਗੱਲ ਕੀਤੀ ਆ ਤੇ ਜਿਹੜਾ ਗੁਰੂ ਤੋਂ ਬਿਨਾਂ ਜ਼ਿੰਦਗੀ ਜਿਉਂਦਾ ਉਹਦੀ ਗੱਲ ਵੀ ਨਾਲ ਹੀ ਕਰਦੇ ਆ ਤਾਂ ਕਿ ਬੰਦੇ ਨੂੰ ਸਮਝ ਸੌਖੀ ਲੱਗ ਜਾਏ ਹੁਣ ਇਸੇ ਸ਼ਬਦ ਵਿੱਚ ਦੋਵੇਂ ਪੱਖ ਹੀ ਆ ਗਏ ਆੜਿਆ ਦੋ ਤੁਕਾਂ ਵਾਂ ਸਾਥ ਜਨਾਂ ਤੇ ਬਾਹਰੀ ਸੇ ਰਹਿਣਾ ਅਕੇਲੜੀਆਂ ਤੈਨੂੰ ਦੁੱਖ ਨਾ ਕਬੂ ਉਤਰੈ ਸੇ ਜੰਮ ਕੇ ਵਸ ਪੜੀਆਂ ਇਹ ਦੋ ਤੁਕਾਂ ਉਹਨਾਂ ਦੀ ਆ ਜਿਹੜੇ ਗੁਰੂ ਤੋਂ ਬਿਨਾਂ ਜ਼ਿੰਦਗੀ ਜਿਉਂਦੇ ਨੇ ਅਗਲੀ ਗੱਲ ਫੇ ਉਹਨਾਂ ਦੀ ਆ ਗਈ ਜਿਹੜੇ ਗੁਰੂ ਦੇ ਅਨਸਾਰ ਹੋ ਕੇ ਸੱਚ ਨਾਲ ਸਾਂਝ ਪਾ ਕੇ ਜ਼ਿੰਦਗੀ ਜਿਉਂਦੇ ਨੇ ਉੱਥੇ ਕਹਿੰਦੇ ਨੇ ਜਿੰਨੀ ਦਾ ਵਿਆ ਪ੍ਰਭ ਆਪਣਾ ਜਿਨ੍ਹਾਂ ਨੇ 라ਵਿਆ ਜਿਨ੍ਹਾਂ ਨੇ ਆਨੰਦ ਮਾਣਿਆ ਆਪਣੇ ਪ੍ਰਭ ਦਾ ਜਿਹੜੀਆਂ ਸਦਾ ਸਾਥ ਰਹਿੰਦੀਆਂ ਸੱਚ ਦੇ ਸੇ ਦਿਸਨ ਨਿਤ ਖੜੀਆਂ ਉਹ ਸਦਾ ਹੀ ਖੜੀਆਂ ਦਾ ਅਰਥ ਹੈ ਸਾਵਧਾਨ ਉਹ ਸਦਾ ਦਿਸਦੀਆਂ ਨੇ ਸਾਵਧਾਨ ਖੜੀਆਂ ਭਾਅ ਮੁਕਾਬਲਾ ਕਰਦੀਆਂ ਨੇ ਉਹ ਜੀਵ ਇਸਤਰੀਆਂ ਹਮੇਸ਼ਾ ਕਿਨਾਂ ਦਾ ਵਕਾਰਾਂ ਦਾ ਵਕਾਵਰਾਂ ਦਾ ਟੱਕਰਾ ਕਰਦਿਆਂ ਨੇ ਕਿਉਂ ਕਿ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਹੋਈ ਸਿੰਘ ਇਕੱਠੀਆਂ ਦੇ ਬੈਠਾ ਵੇਖੇ ਆਪ ਜੀ ਵਾਤ ਵਜਨ ਟਮਕ ਪੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਮੈਂ ਨੇ ਤੇ ਪੰਜ ਵਾਂ ਜਿਉ ਗੁਰ ਥਾਪੀ ਦਿੱਤੀ ਕੰਢ ਜੀ ਆ ਖੜੀਆਂ ਮੁਕਾਬਲਾ ਕਰਨ ਵਾਸਤੇ ਦਸਨ ਨਿਤ ਖੜੀਆਂ ਉਹ ਨਿਤ ਦਿਸਦੇ ਨੇ ਖੜੇ ਮੁਕਾਬਲਾ ਕਰਨ ਵਾਤੇ ਉਹ ਇਦਾਂ ਫੇ ਕਹਿੰਦੇ ਨੇ ਵੀ ਜਾਂ ਕੋ ਹਰ ਰੰਗ ਲੱਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤਗੁਰ ਪੂਰਾ ਉਹ ਫਿਰ 라ਵੇ ਆ ਨਾ ਉਹਨਾਂ ਨੇ ਉਹ ਮੁਕਾਬਲਾ ਕਰਦੇ ਦਿਸਨ ਨਿਤ ਖੜੀਆਂ ਉਹ ਦਿਸਦੇ ਆ ਸਾਵਧਾਨ ਹੋ ਕੇ ਮੁਕਾਬਲਾ ਕਰਦੇ ਆ ਲਾਲ ਚ ਆਉਂਦਾ ਸ਼ਾਲਾ ਮਾਰ ਮਾਰ ਕੇ ਮੁਕਾਬਲਾ ਕਰਦੇ ਆ ਕਾਂ ਵਾਸ਼ਨਾਵਾਂ ਹੁੰਦੀਆਂ ਸ਼ਾਲਾ ਮਾਰ ਮਾਰ ਕੇ ਕ੍ਰੋਧ ਆਉਂਦਾ ਹੈ ਮੋਹ ਆਉਂਦਾ ਹੈ ਕਿ ਬੱਚਿਆਂ ਬਦਲੇ ਮਾਰ ਭਰਾਵਾਂ ਨਾਲ ਠੱਗੀਆਂ ਦਾ ਨਾ 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 ਉੱਥੇ ਠੱਗੀ ਮਾਰ ਉੱਥੇ ਬੇਈਮਾਨ ਕਿਹਾ ਨਾ 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 ਖੜੀਆਂ ਮੁਕਾਬਲਾ ਕਰਦੇ ਡਟ ਕੇ ਉਹਨਾਂ ਦਾ ਫਿਰ ਜਿਨੀਰਾ ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇਹਰ ਲਾਲ ਹਾਰ ਉਹਨਾਂ ਕੋਲ ਪਤਾ ਕੀ ਚੀਜ਼ ਆ ਫਿਰ ਰਤਨ ਜਵੇਹਰ ਲਾਲ ਹਾਰ ਜਿਵੇਂ ਆਪਾਂ ਪਿਛੇ ਪੜੇ ਗੁਰੂ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਜਿਹਦੇ ਵਿੱਚ ਰੱਬੀ ਗੁਣਾਂ ਦੇ ਹੀਰੇ ਜੜੇ ਹੋਏ ਆ ਉਹਨਾਂ ਨੇ ਫਿਰ ਆ ਹੀਰੇ ਜਵਾਰਾ ਤਾਂ ਨੰਦ ਮੰਨੇ ਰਤਨ ਜਵੇ ਹਰ ਲਾਲ ਹਾਰ ਕੰਠਤ ਨਾ ਜੜੀਆਂ ਉਹਨਾਂ ਨੇ ਆਪਣੇ ਕੰਠ ਵਿੱਚ ਜੜ ਲੈ ਕੰਠ ਦਾ ਅਰਥ ਨਾ ਗळा ਤੇ ਗਲੇ ਚੋਂ ਕੀ ਨਿਕਲਦਾ ਭਲਾ ਸ਼ਬਦ ਉਹਨਾਂ ਨੇ ਆਪਣੇ ਉਸ ਗਲੇ ਦੇ ਵਿੱਚ ਉਹ ਫਿਰ ਹਾਰ ਪਾ ਲਿਆ ਜਦੋਂ ਬਾਣੀ ਚੋਂਦਾ ਨਾ ਵੀ ਕੰਠ ਲਾ ਲਿਆ ਉਹਦਾ ਕੰਠ ਦਾ ਅਰਥ ਕੀ ਹੈ ਸ਼ਬਦ ਜਦੋਂ ਆਪਾਂ ਬਾਣੀ ਚੋਂ ਪੜਦੇ ਆਂ ਵੀ ਮੈਨੂੰ ਕੰਠ ਨਾਲ ਲਾ ਲਿਆ ਕੰਠ ਚੋਂ ਕੀ ਨਿਕਲਦਾ ਕੰਠ ਮੀਨ ਗळा ਗਲੇ ਚੋਂ ਕੀ ਨਿਕਲਦਾ ਆਵਾਜ਼ ਸ਼ਬਦ ਭਾਵ ਮੈਨੂੰ ਆਪਣੇ ਸ਼ਬਦ ਨਾਲ ਜੋੜ ਲਿਆ ਆਪਣੀ ਸਿੱਖਿਆ ਨਾਲ ਜੋੜ ਲਿਆ ਇਹ ਸਮਝਾਉਣ ਦੇ ਤਰੀਕੇ ਸੀ ਮਹਾਰਾਜ ਦੇ ਇਥੇ ਤੇ ਰਤਨ ਜਵੇਹਰ ਲਾਲ ਹਾਰ ਤੰਠ ਤੰਨਾ ਜੜੀਆਂ ਉਹਨਾਂ ਨੇ ਫਿਰ ਕੰਠ ਵਿੱਚ ਗਲੇ ਵਿੱਚ ਆਪਣੇ ਹਿਰਦੇ ਵਿੱਚ ਇਹਨਾਂ ਸੋਹਣੇ ਸ਼ਬਦਾਂ ਦਾ ਹਾਰ ਪਰੋ ਲਿਆ ਤੇ ਫਿਰ ਮਹਾਰਾਜ ਕਹਿੰਦੇ ਨੇ ਮੈਂ ਵੀ ਫਿਰ ਉਹਨਾਂ ਦੇ ਰਸਤੇ ਉਤੇ ਤੁਰਨ ਦੀ ਮੰਗ ਕੀਤੀ ਮੈਂ ਕੋਈ ਗਲਤ ਥੋੜਾ ਮੰਗਿਆ ਕੀ ਮੰਗਿਆ ਫਿਰ ਨਾਨਕ ਬਾਛੈ ਧੂੜ ਤੇ ਨਾ ਨਾਨਕ ਵੀ ਮੰਗਦਾ ਵਾ ਕਿ ਮੈਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਤੁਰ ਸਕਾਂ ਪ੍ਰਭ ਸ਼ਰਣੀ ਦਰ ਪੜੀਆਂ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਪਈਆਂ ਹੋਈਆਂ ਵਾਂ ਜਿਹੜੀਆਂ ਮਾਲਕ ਨਾਲ ਇਕਮਿਕ ਹੋ ਗਈਆਂ ਮੈਂ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਤੁਰ ਸਕਾਂ ਮੰਗਰ ਪ੍ਰਭ ਆਰਾਧਣਾ ਮੰਗਰ ਮਹੀਨੇ ਦੁਆਰਾ ਇਹ ਸਿੱਖਿਆ ਦੇ ਰਹੇ ਨੇ ਜਿਹੜੇ ਪ੍ਰਭ ਨੂੰ ਆਰਾਧਦੇ ਨੇ ਬਹੁੜ ਨ ਜਨਮੜੀਆਂ ਉਹ ਫਿਰ ਬਾਅਦ ਜੰਮਣ ਮਰਨ ਦੇ ਚੱਕਰਾਂ ਚ ਮੁਕਤ ਹੋ ਜਾਂਦੇ ਨੇ ਫਿਰ ਉਹਨਾਂ ਦਾ ਮਨ ਜੰਮਣ ਮਰਨ ਦੀ ਕਿਰਿਆ ਚ ਰਹਿਤ ਹੋ ਜਾਂਦਾ ਹੈ ਫਿਰ ਆਖਾਂ ਜੀਵਾਂ ਵਿਸਰੇ ਮਰ ਜਾਉਂ ਦੀ ਇਸ ਖੇਡ ਨੂੰ ਸਮਝ ਲੈਂਦੇ ਨੇ ਸਦਾ ਜਿਉਂਦੇ ਨਹੀਂ ਫਿਰ ਉਹ ਫਰਵੈਸ਼ ਕਿਰਿਆ ਨੂੰ ਸਮਝ ਲੈਂਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜਿਵੇ ਕੋਈ ਫਿਰ ਉਹ ਐਸਾ ਜੋ ਕਮਾਉਂਦੇ ਆ ਨਾਨਕ ਜੀਵਤਿਆ ਮਰ ਰਹੀ ਐ ਐਸਾ ਜੋ ਕਮਾਈ ਐ ਵਾਜੇ ਬਾਜੋਂ ਸਿੰਘੀ ਵਾਜੇ ਤਾਉ ਨਿਰਪਹੁ ਪਦ ਪਾਈ ਐ ਅਨਜਨ ਮਹਿ ਨਰੰਜਨ ਰਹੀ ਐ ਜੋਗ ਜੁਗਤ ਤਾਉ ਪਾਈ ਐ ਬਸ ਐਸ ਖੇਡ ਨੂੰ ਸਮਝ ਕੇ ਸਦਾ ਆਪਣਾ ਜੀਵਨ ਸੋਹਣੇ ਤਰੀਕੇ ਨਾਲ ਉਹ ਜੀਵ ਸਥਿਤੀਆਂ ਜਿਉਂਦੀਆਂ ਨੇ ਇਹ ਅੱਜ 10 ਨੰਬਰ ਸ਼ਬਦ ਜੋ ਦੇਸੀ ਮੀਨਾ ਮਗਰਦਾ ਹੈ ਹੁਣ ਇਸ ਮੱਗਰ ਮਹੀਨੇ ਦੁਆਰਾ ਆ ਸੰਦੇਸ਼ ਦਿੱਤਾ ਸਾਨੂੰ ਮਹਾਰਾਜ ਨੇ ਕਿ ਉਹ ਜੀਵ ਜਿਤੜੀਆਂ ਸੋਹਣੀਆਂ ਲੱਗਦੀਆਂ ਜਿਹੜੀਆਂ ਆਪਣੇ ਮਾਲਕ ਨਾਲ ਖਸਮ ਨਾਲ ਸਾਂਝ ਪਾ ਕੇ ਜੀਵਨ ਗੁਜ਼ਾਰਦੀਆਂ ਨੇ ਮੰਗਰ ਮਾ ਮੱਗਰ ਦਾ ਮਹੀਨੇ ਦੁਆਰਾ ਸੋਹੰਦੀਆਂ ਹਰ ਪੇਰ ਸੰਗ ਬੈਠੜੀਆਂ ਜਿਹੜੀਆਂ ਆਪਣੇ ਪ੍ਰਭੂ ਨਾਲ ਬੈਠੀਆਂ ਹੋਈਆਂ ਨੇ ਸੱਚ ਨਾਲ ਸਾਂਝ ਪਾਈ ਹੈ ਉਹ ਸੋਹਣੀਆਂ ਲੱਗਦੀਆਂ ਹੁਣ ਆਪਾਂ ਫੈਸਲਾ ਕਰਨਾ ਵੀ ਆਪਾਂ ਸੋਹਣੇ ਬਣ ਕੇ ਜੀਵਨ ਗੁਜ਼ਾਰਨਾ ਕਿ ਜਾਂ ਕਰੂਪ ਬਣ ਕੇ ਜੀਵਨ ਗੁਜ਼ਾਰਨਾ ਇਹ ਫੈਸਲਾ ਹੁਣ ਅਸੀਂ ਖੁਦ ਕਰਨਾ ਜੇ ਆਪਾਂ ਸੋਹਣੇ ਬਣ ਕੇ ਜੀਵਨ ਗੁਜ਼ਾਰਨਾ ਚਾਹੁੰਦੇ ਆਂ ਤੇ ਆਓ ਛੱਡ ਦਿਓ ਝਗੜੇ ਵਖਰੇਵੇਂ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸੋਹਣਾ ਜੀਵਨ ਬਤੀਤ ਕਰਨ ਦੀ ਆਪਾਂ ਕੋਸ਼ਿਸ਼ ਕਰੀਏ ਸਾਧ ਸੰਗਤ ਜੀ 135 ਨੰਬਰ ਅੰਕ ਤੇ ਇਹ ਸ਼ਬਦ ਹੈ 14 ਇਸ 12ਵਾਂ ਬਾਣੀ ਦੇ ਕੁੱਲ ਸ਼ਬਦ ਨੇ 12 ਦੇਸੀ ਮਹੀਨੇ ਨੇ ਇੱਕ ਪਹਿਲਾ ਸ਼ਬਦ ਆਇਆ ਜਿਹਦੇ ਵਿੱਚ ਗੁਰਦੇਵ ਜੀ ਨੇ ਕਿਰਤ ਕਰਮ ਕੇ ਵਿਛੜੇ ਦੀ ਗੱਲ ਕੀਤੀ ਉਹ ਭੂਮਿਕਾ ਹੈ ਸਾਰੀ 12ਵਾਂ ਬਾਣੀ ਦੀ ਅਖੀਰ ਜਾ ਕੇ ਫੇਰ ਨਚੋੜ ਕੜਤਾ ਵੀ ਜਿੰਨ ਜਨ ਨਾਮ ਤੇ ਆਇਆ ਤਿੰਨ ਕੇ ਕਾਰ ਸਰੇ ਬੜੇ ਪਿਆਰੇ ਸ਼ਬਦ ਬੜੀਆਂ ਪਿਆਰੀਆਂ ਸਿੱਖਿਆਵਾਂ ਇਹਨਾਂ ਨੂੰ ਸਮਝੋ ਪੜੋ ਵਿਚਾਰੋ ਬੜਾ ਬੜਿਆਂ ਵੀਰਾਂ ਦੇ ਸਾਡੇ ਇਹ ਸਾਰੀ ਟੀਮ ਦੇ ਵੀਰਾਂ ਨੂੰ ਫੋਨ ਆਉਂਦੇ ਨੇ ਜਿਹੜੇ ਕਹਿੰਦੇ ਹੁਣ ਅਸੀਂ ਸਹਿਜ ਪਾਠ ਕਰਨ ਲੱਗ ਪਏ ਆ ਅਸੀਂ ਬਾਣੀ ਪੜਨ ਲੱਗ ਪਏ ਆ ਸਾਨੂੰ ਤੇ ਡਰ ਪਾਇਆ ਹੋਇਆ ਸੀ ਵੀ ਬਾਣੀ ਤੁਸੀਂ ਖੁਦ ਨਹੀਂ ਪੜ ਸਕਦੇ ਪਾਠ ਕਰਾਉਣਾ ਲੱਗੇ ਮਤਲਬ ਉਹਨਾਂ ਨੇ ਚੁੱਪ ਕਰਕੇ ਪਾਠ ਕਰੀ ਜਾਣਾ ਅਸੀਂ ਲਾਗੇ ਬਹਿਣਾ ਹੀ ਨਾ ਇਹੋ ਜਿਹੇ ਪਰਿਵਾਰਾਂ ਚ ਭਲੇਖੇ ਪਏ ਹੋਏ ਸੀ ਦਰ ਕੱਢੋ ਬਾਣੀ ਆਪ ਖੁਦ ਪੜੋ ਖੁਦ ਵਿਚਾਰੋ ਖੁਦ ਸਮਝੋ ਤੇ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣ ਦੀ ਆਪਾਂ ਕੋਸ਼ਿਸ਼ ਕਰੀਏ ਗੁਰੂ ਦੀ ਬਾਣੀ ਸੁਚੇਤ ਹੋ ਮਾਫ ਕਰਨਾ ਉਹਨਾਂ ਪਖੰਡੀਆਂ ਤੋਂ ਜਿਹੜੇ ਦਾਵਾ ਕਰਦੇ ਸੀ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਵੀ ਬਾਣੀ ਪੜਨ ਤੋਂ ਸੰਗ ਆਉਂਦੀ ਹੈ ਜਿਹੜੇ ਇਹ ਵੀ ਕਹਿਣ ਤੋਂ ਕੰਨੀ ਘਤਰਾਉਂਦੇ ਆ ਕਿ ਭਾਈ ਸਹਿਜ ਪਾਠ ਕੋਲ ਨਾ ਕਰੋ ਵੇਖ ਲਓ ਤੁਸੀਂ ਕਦੀ ਬਾਬਿਆਂ ਦੇ دیਵਾਨਾ ਜਾ ਕੇ ਵੇਖਿਓ ਉਹ ਕਹਿੰਦੇ ਆ ਉਹ ਕਹਿੰਦੇ ਨਾਮ ਜਪੋ ਭਾਈ ਬਸ ਆ ਨਾਮ ਜਪ ਲਓ ਬਸ ਇਹੋ ਨਾਲ ਜਣਾ ਅਗਲੇ ਨੂੰ ਪਤਾ ਵੀ ਇਹ ਤੇ ਠੱਗ ਨੇ ਵੀ ਵੈਗਰੂ ਵੈਗਰੂ ਕਹਿ ਲੈਣਾ ਹੈ ਬੇਈਮਾਨ ਨੇ ਵੀ ਕਹਿ ਲੈਣਾ ਡਰੱਗ ਵੇਚਣ ਵਾਲੇ ਨੇ ਵੀ ਕਹਿ ਦੇਣਾ ਤੇ ਸਾਨੂੰ ਵੀ ਅਗਲੇ ਆ ਸੱਦ ਲੈਣਾ ਹੈ ਗੱਲ ਤੇ ਉਦੋਂ ਚੱਕਰ ਪੈਣਾ ਹੈ ਜਦੋਂ ਘਰ ਜਾ ਕੇ ਬਾਣੀ ਦੀ ਵਿਚਾਰ ਕੀਤੀ ਬਾਣੀ ਦੇ ਉੱਤੇ ਦਲੀਲਾਂ ਦੀ ਗੱਲ ਕੀਤੀ ਉੱਚ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਹੈ ਤੁਸੀਂ ਵੇਖ ਲਓ ਅਗਲੇ ਤਾਂ ਹੀ ਸਾਨੂੰ ਇਹਨਾਂ ਕੰਮਾਂ ਦੇ ਵਿੱਚ ਉਲਝਾ ਤਾਂ ਹੀ ਵੱਡੇ ਵੱਡੇ ਬੋੜ ਵੇਖੋ ਇੱਥੇ ਜਪ ਤਪ ਸਮਾਗਮ ਹੋ ਰਹੇ ਨੇ ਇੱਥੇ ਮੰਤਰਾਂ ਵਾਲੇ ਇੱਥੇ ਮੋਨ ਅਖੰਡ ਪਾਠ ਕੀਤੇ ਜਾ ਰਹੇ ਨੇ ਇਹੋ ਕਿਰਿਆਵਾਂ ਕੀਤੀਆਂ ਜਾ ਰਹੀਆਂ ਨੇ ਤੇ ਗੁਰੂ ਦੇ ਕੋਲ ਬੈਠ ਕੇ ਵੀ ਆਪਣੇ ਥੋਥੇ ਗਿਆਨ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਗੁਰਬਾਣੀ ਦੇ ਨੇੜੇ ਤੇੜੇ ਵੀ ਨਹੀਂ ਹਨ ਸਮਾਂ ਆਏਗਾ ਵਕਤ ਆਏਗਾ ਆਉਣ ਵਾਲੇ ਸਮੇਂ ਚ ਆਪਾਂ ਬਾਣੀ ਦੇ ਵਿਚਾਰਾਂ ਦੇ ਨਾਲ ਨਾਲ ਇਹ ਵਿਚਾਰਾਂ ਜਰੂਰ ਕਰਦੇ ਜਾਵਾਂਗੇ ਸੁਚੇਤ ਹੋ ਆਪ ਬਾਣੀ ਪੜੋ ਆਪ ਬਾਣੀ ਸਮਝੋ ਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਜੀਉਣ ਦਾ ਯਤਨ ਕਰਿਓ ਸਾਰਿਆਂ ਦਾ ਧੰਨਵਾਦ ਜੀ ਇਹਨੇਕ ਬਚਨ ਪ੍ਰਵਾਨ ਕਰਨੇ ਆਦਬ ਸਤਿਕਾਰ ਨਾਲ ਫਤਿਹ ਬੁਲਾਓ ਤੇ ਬਹੁਤ ਪਿਆਰ ਨਾਲ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ